ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ 20ਵੀਂ ਸਦੀ ਦੀ ਸਿੱਖ ਰਾਜਨੀਤੀ, ਭਾਗ 5, ਪੰਨਾ ਨੰਬਰ 70। ਸਿੱਖ ਘੱਟ ਗਿਣਤੀ ਕੀ ਕੌਮੀ ਭਾਈਚਾਰਾ? ਸਿੱਖ ਲੀਡਰਸ਼ਿਪ ਜੇਕਰ ਕਾਂਗਰਸੀ ਆਗੂਆਂ ਵੱਲੋਂ ਸਿੱਖਾਂ ਦੀਆਂ ਮੰਗਾਂ ਅਤੇ ਦਾਅਵਿਆਂ ਨੂੰ ਵਾਰ ਵਾਰ ਨਕਾਰਨ ਅਤੇ ਕਈ ਮੌਕਿਆਂ 'ਤੇ ਉਹਨਾਂ ਨੂੰ ਖੁੱਲ੍ਹੇਆਮ ਅਪਮਾਨਿਤ ਕਰਨ ਦੇ ਬਾਵਜੂਦ ਵੀ ਮੁਸਲਿਮ ਲੀਡਰਸ਼ਿਪ ਵਾਂਗ ਆਪਣਾ ਵੱਖਰਾ ਅਤੇ ਸੁਤੰਤਰ ਵਹਿਣ ਅਖਤਿਆਰ ਕਰਨ ਲਈ ਤਿਆਰ ਨਾ ਹੋ ਸਕੀ ਤਾਂ ਇਸ ਦੀ ਬੁਨਿਆਦੀ ਵਜ੍ਹਾ ਭਾਰਤ ਦੀ ਸਮਾਜੀ ਰਾਜਸੀ ਹਕੀਕਤ ਬਾਰੇ ਉਸ ਦੀ ਗੰਦਲੀ ਅਤੇ ਖਤਰਨਾਕ ਹੱਦ ਤੱਕ ਗਲਤ ਸਮਝ ਸੀ। ਸਿੱਖ ਆਗੂ ਇੱਕ ਪਾਸੇ ਤਾਂ ਸਾਂਝੀ ਭਾਰਤੀ ਕੌਮ ਦੀ ਧਾਰਨਾ ਨਾਲ ਆਪਣੀ ਪੂਰਨ ਸਹਿਮਤੀ ਪ੍ਰਗਟਾ ਰਹੇ ਸਨ ਅਤੇ ਭਾਰਤ ਦੇ ਸਭਨਾਂ ਲੋਕਾਂ ਅੰਦਰ ਸਾਂਝੀ ਕੌਮੀ ਭਾਵਨਾ ਪ੍ਰਫੁੱਲਿਤ ਕਰਨ ਦੇ ਕਾਰਜ ਪ੍ਰਤੀ ਆਪਣੀ ਵਚਨਬੱਧਤਾ ਦਰਸਾ ਰਹੇ ਸਨ। ਪਰ ਦੂਜੇ ਪਾਸੇ ਨਾਲ ਹੀ ਸਿੱਖ ਪੰਥ ਦੀ ਨਵੇਕਲੀ ਪਛਾਣ ਅਤੇ ਹਸਤੀ ਬਰਕਰਾਰ ਰੱਖਣ ਬਾਰੇ ਵੀ ਪੂਰੇ ਫਿਕਰਮੰਦ ਸਨ। ਸਿੱਖ ਆਗੂਆਂ ਦੀ ਇਹ ਪੁਜੀਸ਼ਨ ਸਵੈ ਵਿਰੋਧੀ ਸੀ। ਇਹ ਦੋਵੇਂ ਗੱਲਾਂ ਇੱਕ ਦੂਜੇ ਨੂੰ ਕੱਟਦੀਆਂ ਸਨ ਅਤੇ ਇਹਨਾਂ ਵਿੱਚ ਰਸਾਈ ਸੰਭਵ ਨਹੀਂ ਸੀ। ਸਵਾਲ ਇਹ ਨਹੀਂ ਸੀ ਕਿ ਕੀ ਭਾਰਤ ਦੇ ਸਭਨਾਂ ਲੋਕਾਂ ਵਿਚਕਾਰ ਆਪਸੀ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਪ੍ਰਫੁੱਲਿਤ ਕੀਤੀ ਜਾਵੇ ਜਾਂ ਨਾ। ਸਵਾਲ ਇਹ ਸੀ ਕਿ ਇਸ ਦਾ ਆਧਾਰ ਕੀ ਹੋਵੇ। ਇਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਸਨ ਕਿ ਭਾਰਤ ਦੇ ਅਲੱਗ ਅਲੱਗ ਵਰਗਾਂ ਨੂੰ ਅੰਗਰੇਜ਼ ਹਾਕਮਾਂ ਵਿਰੁੱਧ ਇਕੱਠੇ ਰਲ ਕੇ ਜੂਝਣਾ ਚਾਹੀਦਾ ਸੀ, ਪਰ ਸਵਾਲ ਇਹ ਸੀ ਕਿ ਇਸ ਸਾਂਝ ਦਾ ਆਧਾਰ ਕੀ ਹੋਵੇ। ਮੁਹੰਮਦ ਇਕਬਾਲ ਦੀ ਇਸ ਬਾਰੇ ਧਾਰਨਾ ਬਹੁਤ ਹੀ ਸਾਫ਼ ਅਤੇ ਸਪਸ਼ਟ ਸੀ ਕਿ ਇੱਕ ਸਾਂਝਾ ਭਾਰਤ ਇਸ ਹਕੀਕੀ ਸੱਚ ਦੀਆਂ ਬੁਨਿਆਦਾਂ ਉੱਤੇ ਹੀ ਉਸਰ ਸਕਦਾ ਹੈ ਕਿ ਭਾਰਤ ਅੰਦਰ ਇੱਕ ਤੋਂ ਵੱਧ ਕੌਮਾਂ ਵੱਸਦੀਆਂ ਹਨ। ਭਾਰਤੀ ਆਗੂ ਸਾਂਝੀ ਭਾਰਤੀ ਕੌਮ ਪ੍ਰਸਤੀ ਦੇ ਵਿਚਾਰ, ਜੋ ਕਿ ਅਲੱਗ ਅਲੱਗ ਭਾਈਚਾਰਿਆਂ ਦੀ ਵਿਚਾਰਧਾਰਕ ਇਕਮਿਕਤਾ ਦੀ ਧਾਰਨਾ 'ਤੇ ਆਧਾਰਿਤ ਹੈ, ਨੂੰ ਜਿੰਨੀ ਜਲਦੀ ਮਨਾਂ 'ਚੋਂ ਕੱਢ ਦੇਣਗੇ ਉਨਾ ਹੀ ਸਾਰਿਆਂ ਦਾ ਭਲਾ ਹੋਵੇਗਾ। ਹਿੰਦੂ ਅਤੇ ਮੁਸਲਿਮ ਸੱਭਿਆਚਾਰਾਂ ਵਿੱਚ ਇਕਮਿਕਤਾ ਦੀ ਕੋਈ ਗੁੰਜਾਇਸ਼ ਨਹੀਂ। ਅਸਲ ਵਿੱਚ ਪੱਛਮੀ ਵਿੱਦਿਆ ਅਤੇ ਆਧੁਨਿਕ ਵਿਚਾਰਾਂ ਦੇ ਅਸਰ ਸਦਕਾ ਭਾਰਤੀ ਲੋਕਾਂ ਦੀ ਵਿਸ਼ਾਲ ਏਕਤਾ ਉਸਾਰਨ ਅਤੇ ਉਹਨਾਂ ਅੰਦਰ ਆਪਸੀ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਫੁੱਲਿਤ ਕਰਨ ਦੇ ਆਦਰਸ਼ ਨੇ ਭਾਰਤ ਦੇ ਸਭਨਾਂ ਹੀ ਵਰਗਾਂ ਦੇ ਪੜ੍ਹੇ ਲਿਖੇ ਲੋਕਾਂ ਦਾ ਮਨ ਮੋਹ ਲਿਆ ਹੋਇਆ ਸੀ। ਇਹ ਸਮਾਜੀ ਚੇਤਨਾ ਦੀ ਬਹੁਤ ਹੀ ਮੁੱਢਲੀ ਅਵਸਥਾ ਸੀ। ਉਹਨਾਂ ਨੂੰ ਇਸ ਮਸਲੇ ਦੀਆਂ ਪੇਚੀਦਗੀਆਂ ਦਾ ਬਹੁਤਾ ਗਿਆਨ ਨਹੀਂ ਸੀ। ਹਮੇਸ਼ਾ ਇੰਝ ਹੀ ਹੁੰਦਾ ਹੈ, ਚੇਤਨਾ ਦੇ ਮੌਲਣ ਵਿਗਸਣ ਦਾ ਅਮਲ ਸ਼ੁਰੂਆਤ ਤੋਂ ਹੀ ਸੰਪੂਰਨਤਾ ਵੱਲ ਵੱਧਦਾ ਹੈ। ਸਰ ਸੈਯਦ ਅਹਿਮਦ ਸ਼ੁਰੂ ਵਿੱਚ ਸਮੁੱਚੇ ਭਾਰਤੀ ਲੋਕਾਂ ਦੀ ਏਕਤਾ ਦੀ ਹਿੰਦੂ ਆਗੂਆਂ ਨਾਲੋਂ ਵੀ ਵੱਧ ਚੱਕਵੀਂ ਵਕਾਲਤ ਕਰਦਾ ਸੀ। ਉਦੋਂ ਉਸਨੂੰ ਕੌਮ ਦੇ ਸੰਕਲਪ ਦੀ ਕੋਈ ਡੂੰਘੀ ਸੋਝੀ ਨਹੀਂ ਸੀ। ਉਸ ਵੱਲੋਂ 1881 ਵਿੱਚ ਇੰਪੀਰੀਅਲ ਕੌਂਸਲ ਵਿੱਚ ਦਿੱਤਾ ਗਿਆ ਭਾਸ਼ਣ ਉਸਦੀ ਮਾਸੂਮੀਅਤ ਅਤੇ ਸੁਹਿਰਦਤਾ ਦੀ ਬਹੁਤ ਹੀ ਖੂਬਸੂਰਤ ਤਸਵੀਰ ਪੇਸ਼ ਕਰਦਾ ਹੈ। ਉਸਨੇ ਕਿਹਾ, ਮੈਂ ਕੌਮ ਨਾਂ ਦੇ ਲਫ਼ਜ਼ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਨੂੰ ਸ਼ਾਮਿਲ ਕਰਦਾ ਹਾਂ। ਮੇਰੇ ਲਈ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਉਹਨਾਂ ਦਾ ਧਰਮ ਕੀ ਹੈ, ਮੈਂ ਤਾਂ ਕੌਮ ਦੇ ਵਿਕਾਸ ਲਈ ਬੇਬਲ ਹਾਂ। 1885 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਨਾਲ ਹੀ ਸਰ ਸੈਯਦ ਅਹਿਮਦ ਦਾ ਮੱਥਾ ਠਣਕ ਗਿਆ ਅਤੇ ਉਸਨੂੰ ਕਾਂਗਰਸੀ ਆਗੂਆਂ ਦੇ ਅਸਲੀ ਇਰਾਦਿਆਂ ਨੂੰ ਤਾੜਨ ਵਿੱਚ ਰਤੀ ਦੇਰ ਨਾ ਲੱਗੀ। ਉਸਨੇ ਮੁਸਲਿਮ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਉਹਨਾਂ ਦੀ ਅਲੱਗ ਜਥੇਬੰਦੀ ਦੀ ਲੋੜ ਮਹਿਸੂਸ ਕੀਤੀ। ਇਸ ਚੇਤਨਾ ਵਿੱਚੋਂ ਹੀ ਮੁਸਲਿਮ ਲੀਗ ਦਾ ਵਿਚਾਰ ਨਕਸ਼ਾ ਅਤੇ ਜਥੇਬੰਦਕ ਸਰੂਪ ਉਭਰਿਆ। ਮੁਹੰਮਦ ਅਲੀ ਜਿਨ੍ਹਾਂ ਇਸ ਤੋਂ ਕਾਫ਼ੀ ਬਾਅਦ ਤੱਕ ਸਾਂਝੀ ਭਾਰਤੀ ਕੌਮ ਦੇ ਵਿਚਾਰ ਦੀ ਡਟਵੀਂ ਹਮਾਇਤ ਕਰਦਾ ਰਿਹਾ, ਇਹ ਜਿਨ੍ਹਾਂ ਹੀ ਸੀ ਜਿਸਨੇ ਕਾਂਗਰਸ ਪਾਰਟੀ ਦੇ 25ਵੇਂ ਸੈਸ਼ਨ ਵਿੱਚ ਵੱਖਰੇ ਚੋਣ ਖੇਤਰਾਂ ਦੀ ਥਾਂ ਸਰਬ ਸਾਂਝੇ ਚੋਣ ਖੇਤਰਾਂ ਦੇ ਪੱਖ ਵਿੱਚ ਮਤਾ ਪੇਸ਼ ਕੀਤਾ ਸੀ, ਅਤੇ ਇਹ ਵੀ ਜਿਨ੍ਹਾਂ ਹੀ ਸੀ ਜਿਸਨੇ ਠੋਸ ਤਜਰਬੇ 'ਚੋਂ ਡੂੰਘਾ ਰਾਜਸੀ ਗਿਆਨ ਹਾਸਲ ਕਰ ਲੈਣ ਤੋਂ ਬਾਅਦ 1940 ਵਿੱਚ ਮੁਸਲਿਮ ਲੀਗ ਦੇ ਲਾਹੌਰ ਸੈਸ਼ਨ ਵਿੱਚ ਠੋਕ ਵਜਾ ਕੇ ਇਹ ਗੱਲਾਂ ਕਹੀਆਂ ਕਿ ਇਹ ਸਮਝਣਾ ਬਹੁਤ ਹੀ ਮੁਸ਼ਕਲ ਲੱਗ ਰਿਹਾ ਹੈ ਕਿ ਸਾਡੇ ਹਿੰਦੂ ਦੋਸਤਾਂ ਨੂੰ ਇਸਲਾਮ ਅਤੇ ਹਿੰਦੂਵਾਦ ਦੀ ਸਮਝ ਕਿਉਂ ਨਹੀਂ ਆ ਰਹੀ। ਸ਼ਬਦ ਦੇ ਸਹੀ ਅਰਥਾਂ 'ਚ ਗੱਲ ਕਰਨੀ ਹੋਵੇ ਤਾਂ ਇਹ ਦੋ ਧਰਮਾਂ ਦਾ ਮਾਮਲਾ ਨਹੀਂ, ਅਸਲ ਵਿੱਚ ਇਹ ਵੱਖੋ ਵੱਖਰੀਆਂ ਅਤੇ ਐਨ ਅਲੱਗ ਅਲੱਗ ਤਰ੍ਹਾਂ ਦੀਆਂ ਸਮਾਜੀ ਪ੍ਰਣਾਲੀਆਂ ਹਨ। ਇਹ ਸੋਚਣਾ ਕਿ ਹਿੰਦੂ ਅਤੇ ਮੁਸਲਿਮ ਕਦੇ ਸਾਂਝੀ ਕੌਮੀਅਤ ਵਿਕਸਿਤ ਕਰ ਲੈਣਗੇ ਇੱਕ ਸੁਪਨਾ ਹੀ ਹੈ।
ਅਜਿਹੀਆਂ ਦੋ ਕੌਮਾਂ ਨੂੰ ਘੱਟ ਗਿਣਤੀ ਅਤੇ ਬਹੁਗਿਣਤੀ ਵਜੋਂ ਇੱਕੋ ਸਾਂਝੇ ਰਾਜ ਵਿੱਚ ਨਰੜ ਦੇਣ ਦਾ ਨਤੀਜਾ ਇਹ ਨਿਕਲੇਗਾ ਕਿ ਬੇਚੈਨੀ ਹੋਰ ਭੜਕੇਗੀ ਅਤੇ ਬਸ ਇਹੀ ਗੱਲ ਸੀ। ਕੌਮਾਂ ਦੇ ਮਾਮਲੇ 'ਚ ਬਹੁਗਿਣਤੀ ਬਨਾਮ ਘੱਟ ਗਿਣਤੀ ਦੀ ਕੋਈ ਗੱਲ ਨਹੀਂ ਰਹਿ ਜਾਂਦੀ। ਬਹੁਗਿਣਤੀ ਘੱਟ ਗਿਣਤੀ ਦਾ ਅਸੂਲ ਜਾਂ ਤਾਂ ਇੱਕ ਜਾਤੀ ਸਮਾਜਾਂ 'ਤੇ ਲਾਗੂ ਹੁੰਦਾ ਹੈ ਜਾਂ ਅਜਿਹੇ ਬਹੁ ਭਾਂਤੀ ਡਾਇਵਰਸ ਸਮਾਜਾਂ 'ਤੇ ਜਿੱਥੇ ਇੱਕ ਭਾਰੂ ਕੌਮ ਦੇ ਨਾਲੋਂ ਨਾਲ ਕੁਝ ਨਸਲੀ ਭਾਸ਼ਾਈ ਜਾਂ ਧਾਰਮਿਕ ਘੱਟ ਗਿਣਤੀਆਂ ਵੀ ਵੱਸ ਰਹੀਆਂ ਹੋਣ। ਅਜਿਹੇ ਬਹੁ ਭਾਂਤੀ ਸਮਾਜਾਂ ਅੰਦਰ ਘੱਟ ਗਿਣਤੀਆਂ ਦੇ ਹੱਕਾਂ ਦੀ ਸੰਵਿਧਾਨਕ ਸੁਰੱਖਿਆ ਦੇ ਮਾਮਲੇ ਉੱਠਦੇ ਹਨ, ਪਰ ਇੱਕ ਬਹੁ ਕੌਮੀ ਦੇਸ਼ ਮਲਟੀਨੈਸ਼ਨਲ ਅੰਦਰ ਕੌਮਾਂ ਦੇ ਆਪਸੀ ਸੰਬੰਧਾਂ ਵਿੱਚ ਬਹੁਗਿਣਤੀ ਘੱਟ ਗਿਣਤੀ ਦੀ ਧਾਰਨਾ ਕੋਈ ਮਾਇਨੇ ਨਹੀਂ ਰੱਖਦੀ। ਕੌਮ ਵੱਡੀ ਹੋਵੇ ਜਾਂ ਛੋਟੀ, ਦੌਲਤਮੰਦ ਹੋਵੇ ਜਾਂ ਥੁੜਮਾਰੀ, ਉੱਨਤ ਹੋਵੇ ਜਾਂ ਪਛੜੀ ਹੋਈ, ਉਹ ਬਰਾਬਰ ਦੇ ਸਲੂਕ ਅਤੇ ਮਾਣ ਸਤਿਕਾਰ ਦੀ ਹੱਕਦਾਰ ਹੁੰਦੀ ਹੈ। ਇਹ ਦਸਤੂਰ ਕੌਮਾਂਤਰੀ ਪੱਧਰ 'ਤੇ ਚਿਰੋਕਣਾ ਪ੍ਰਵਾਨ ਹੋ ਚੁੱਕਾ ਹੈ। ਇੱਕ ਸਵੈ ਚੇਤਨ ਅਤੇ ਖੁਦਦਾਰ ਕੌਮ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ, ਅਧੀਨਗੀ ਦੇ ਰਿਸ਼ਤੇ ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਕਰਨ ਤੋਂ ਇਨਕਾਰੀ ਹੁੰਦੀ ਹੈ। 1947 ਤੋਂ ਪਹਿਲਾਂ ਦੇ ਭਾਰਤ ਅੰਦਰ ਇਹੀ ਰੌਲਾ ਸੀ ਅਤੇ ਅਜੋਕੇ ਭਾਰਤ ਅੰਦਰ ਵੀ ਇਹੀ ਰੌਲਾ ਹੈ। ਹਿੰਦੂ ਆਗੂ ਭਾਰਤੀ ਸਮਾਜ ਦੀ ਵੰਨ ਸੁਵੰਨਤਾ ਤੋਂ ਮੁਨਕਰ ਨਹੀਂ ਸਨ, ਨਾ ਅੱਜ ਹਨ, ਪਰ ਉਹ ਭਾਰਤ ਨੂੰ ਇੱਕ ਬਹੁ ਕੌਮੀ ਦੇਸ਼ ਮੰਨਣ ਲਈ ਤਿਆਰ ਨਹੀਂ ਸਨ, ਨਾ ਅੱਜ ਹਨ। ਭਾਰੂ ਬਹੁਗਿਣਤੀ ਵਿੱਚ ਹੋਣ ਕਰਕੇ ਉਹ ਹਰ ਮਸਲੇ ਨੂੰ ਅੰਕਾਂ ਦੀ ਗਿਣਤੀ ਦੀ ਦ੍ਰਿਸ਼ਟੀ ਤੋਂ ਦੇਖਣ ਅਤੇ ਨਜਿੱਠਣ ਦੀ ਅੜੀ ਕਰਦੇ ਸਨ। ਵੱਧ ਤੋਂ ਵੱਧ ਕੁਝ ਵਰਗਾਂ ਨੂੰ, ਸਾਰਿਆਂ ਨੂੰ ਨਹੀਂ, ਸਿੱਖਾਂ ਨੂੰ ਤਾਂ ਬਿਲਕੁਲ ਹੀ ਨਹੀਂ, ਧਾਰਮਿਕ ਘੱਟ ਗਿਣਤੀ ਵਜੋਂ ਤਸਲੀਮ ਕਰਨ ਅਤੇ ਉਹਨਾਂ ਦੇ ਘੱਟ ਗਿਣਤੀ ਹੱਕਾਂ ਦੀ ਸੁਰੱਖਿਆ ਲਈ ਸੰਵਿਧਾਨਕ ਵਿਵਸਥਾ ਮੁਹੱਈਆ ਕਰਨ ਲਈ ਰਾਜ਼ੀ ਸਨ। ਉਹ ਵੀ ਅੱਧ ਮੰਨੇ ਚਿੱਤ ਨਾਲ ਹੀ। ਮੁਸਲਿਮ ਵਰਗ ਅਤੇ ਉਸਦੀ ਲੀਡਰਸ਼ਿਪ ਇਸ ਨਾਲ ਸੰਤੁਸ਼ਟ ਨਹੀਂ ਸੀ। ਉਹ ਆਪਣੇ ਆਪ ਨੂੰ ਇੱਕ ਧਾਰਮਿਕ ਘੱਟ ਗਿਣਤੀ ਨਹੀਂ ਸਗੋਂ ਕੌਮੀ ਗਰੁੱਪ ਤਸੱਵਰ ਕਰਦੇ ਸਨ। ਇਸ ਕਰਕੇ ਸਾਂਝੇ ਭਾਰਤ ਅੰਦਰ ਰਹਿਣ ਲਈ ਉਹਨਾਂ ਦੀ ਕੁੱਲ ਤੋਂ ਪਹਿਲੀ ਅਤੇ ਆਖਰੀ ਸ਼ਰਤ ਇਹ ਸੀ ਕਿ ਉਹਨਾਂ ਨੂੰ ਇੱਕ ਕੌਮ ਵਜੋਂ ਤਸਲੀਮ ਕੀਤਾ ਜਾਵੇ ਅਤੇ ਉਹਨਾਂ ਨਾਲ ਇੱਕ ਕੌਮ ਵਾਂਗ ਹੀ ਵਰਤਿਆ ਜਾਵੇ। ਉਹ ਘੱਟ ਗਿਣਤੀ ਵਾਲਾ ਰੁਤਬਾ ਅਤੇ ਸਲੂਕ ਸਹਿਣ ਲਈ ਤਿਆਰ ਨਹੀਂ ਸੀ। ਉੱਧਰ ਹਿੰਦੂ ਆਗੂਆਂ ਨੂੰ ਉਹਨਾਂ ਦੀ ਇਹ ਸ਼ਰਤ ਅਤੇ ਪੁਜੀਸ਼ਨ ਕਿਸੇ ਵੀ ਭਾਅ ਮਨਜ਼ੂਰ ਨਹੀਂ ਸੀ। ਹਿੰਦੂ ਆਗੂਆਂ ਦੀ ਜੁਆਬੀ ਸ਼ਰਤ ਇਹ ਸੀ ਕਿ ਸਾਂਝੇ ਭਾਰਤ ਅੰਦਰ ਰਹਿਣਾ ਹੈ ਤਾਂ ਧੋਣ 'ਚ ਕੌਮ ਵਾਲਾ ਕਿੱਲਾ ਕੱਢ ਕੇ ਘੱਟ ਗਿਣਤੀ ਵਰਗ ਬਣ ਕੇ ਰਹਿਣਾ ਪਵੇਗਾ। ਸ਼ਰਤ ਨਹੀਂ ਪੁੱਗਦੀ ਤਾਂ ਡੰਡਾ ਡੇਰਾ ਚੁੱਕ ਕੇ ਅਲੈਦਾ ਹੋ ਜਾਵੋ। ਮਸਲਾ ਸਾਫ਼ ਸੀ, ਪੁਜੀਸ਼ਨਾਂ ਸਪਸ਼ਟ ਸਨ। ਇਸ 'ਚੋਂ ਵਾਪਰਨ ਵਾਲੇ ਅਟੱਲ ਭਾਣੇ ਬਾਰੇ ਵੀ ਕੋਈ ਸ਼ੱਕ ਸੁਭਾ ਨਹੀਂ ਸੀ ਰਿਹਾ। ਹੁਣ ਇਸ ਸੰਦਰਭ ਵਿੱਚ ਦੇਖੀਏ ਕਿ ਸਿੱਖ ਲੀਡਰਸ਼ਿਪ ਕਿੱਥੇ ਖੜੀ ਸੀ। ਪਿੱਛੇ ਅਸੀਂ ਦੇਖ ਆਏ ਹਾਂ ਕਿ ਨਵੀਂ ਅਤੇ ਪੁਰਾਣੀ ਦੋਨੋਂ ਹੀ ਵੰਨਗੀਆਂ ਦੀ ਸਿੱਖ ਲੀਡਰਸ਼ਿਪ ਦੀ ਭਾਰਤ ਦੀ ਸਮਾਜੀ ਸੱਭਿਆਚਾਰਕ ਬਣਤਰ ਬਾਰੇ ਸਮਝ ਬੇਹੱਦ ਗਲਤ ਅਤੇ ਕਚੋਲੇ ਗ੍ਰਸੀ ਸੀ। ਇਹ ਕਚੋਲਾ ਸਿਰਫ ਰਾਜਸੀ ਖੇਤਰ ਅੰਦਰ ਹੀ ਨਹੀਂ ਸੀ, ਇਸ ਦਾ ਵੱਧ ਗੂੜਾ ਪ੍ਰਗਟਾਵਾ ਚਿੰਤਨ ਦੇ ਖੇਤਰ ਅੰਦਰ ਮਿਲਦਾ ਹੈ। ਇਸ ਸਦੀ ਦੇ ਕਿਸੇ ਵੀ ਸਿੱਖ ਵਿਦਵਾਨ ਦੀ ਇਸ ਮਸਲੇ ਬਾਰੇ ਕਿਸੇ ਵੀ ਲਿਖਤ ਜਾਂ ਟਿੱਪਣੀ ਨੂੰ ਲੈ ਲਓ, ਉਸ ਵਿੱਚੋਂ ਸਿਧਾਂਤਕ ਅਸਪਸ਼ਟਤਾ ਅਤੇ ਥਿੜਕਣ ਸਾਫ਼ ਨਜ਼ਰ ਪੈ ਜਾਵੇਗੀ। ਮਿਸਾਲ ਵਜੋਂ, ਜੇਕਰ ਇਸ ਸਦੀ ਦੇ ਸ਼੍ਰੋਮਣੀ ਸਿੱਖ ਵਿਦਵਾਨ ਸਰਦਾਰ ਕਪੂਰ ਸਿੰਘ ਹੋਰਾਂ ਦੀ ਬਹੁਤ ਚਰਚਿਤ ਰਚਨਾ ਸਾਚੀ ਸਾਖੀ ਦਾ ਥੋੜ੍ਹਾ ਘੋਖਵੀਂ ਨਜ਼ਰ ਨਾਲ ਅਧਿਐਨ ਕੀਤਾ ਜਾਵੇ ਤਾਂ ਉਹਨਾਂ ਦੀ ਮੁਸਲਿਮ ਕੌਮ ਪ੍ਰਸਤੀ ਦੇ ਵਰਤਾਰੇ ਪ੍ਰਤੀ ਸਮਝ ਦੀਆਂ ਕਮਜ਼ੋਰੀਆਂ ਅਤੇ ਸੀਮਤਾਈਆਂ ਪ੍ਰਤੱਖ ਹੋ ਜਾਂਦੀਆਂ ਹਨ। ਇਸੇ ਹੀ ਤਰ੍ਹਾਂ ਸਰਦਾਰ ਅਜੀਤ ਸਿੰਘ ਸਰਹੱਦੀ ਦੀ ਭਾਰਤ ਅੰਦਰ ਕੌਮਵਾਦ ਦੇ ਵਰਤਾਰੇ ਬਾਰੇ ਲਿਖੀ ਪੁਸਤਕ ਨੈਸ਼ਨਲਿਜ਼ਮ ਇਨ ਇੰਡੀਆ ਦ ਪ੍ਰੋਬਲਮ, ਜੋ ਵੈਸੇ ਬਹੁਤ ਹੀ ਲਗਨ, ਮਿਹਨਤ ਅਤੇ ਖੋਜ ਨਾਲ ਲਿਖੀ ਗਈ ਹੈ ਅਤੇ ਕਈ ਪੱਖਾਂ ਬਾਰੇ ਡੂੰਘੀ ਅਤੇ ਬਹੁਮੁੱਲੀ ਜਾਣਕਾਰੀ ਮੁਹੱਈਆ ਕਰਦੀ ਹੈ, ਅੰਦਰ ਤਰਕ ਦੀ ਤੰਦ ਥਾਂ ਥਾਂ ਤਿੜਕਦੀ ਅਤੇ ਆਪਣੇ ਹੀ ਵਿਰੋਧਾਂ ਵਿੱਚ ਉਲਝਦੀ ਦੇਖੀ ਜਾ ਸਕਦੀ ਹੈ। ਪ੍ਰਸਿੱਧ ਸਿੱਖ ਇਤਿਹਾਸਕਾਰ ਡਾਕਟਰ ਫੌਜਾ ਸਿੰਘ ਵੱਲੋਂ ਆਜ਼ਾਦੀ ਦੇ ਅੰਦੋਲਨ ਦੌਰਾਨ ਕੁਝ ਮੌਕਿਆਂ 'ਤੇ ਸਿੱਖ ਲੀਡਰਸ਼ਿਪ ਦੁਆਰਾ ਕਾਂਗਰਸ ਪਾਰਟੀ ਨਾਲੋਂ ਵੱਖਰੀਆਂ ਪੁਜੀਸ਼ਨਾਂ ਲਏ ਜਾਣ ਨਾਲ ਆਮ ਹਿੰਦੂ ਜਨਤਾ ਅੰਦਰ ਬਣੇ ਗਲਤ ਪ੍ਰਭਾਵਾਂ ਨੂੰ ਦੂਰ ਕਰਨ ਅਤੇ ਸਿੱਖ ਲੀਡਰਸ਼ਿਪ ਨੂੰ ਹਮੇਸ਼ਾ ਅਤੇ ਹਰ ਮੁੱਦੇ 'ਤੇ ਕੌਮਪ੍ਰਸਤ ਪੈਂਤੜੇ ਦੀ ਅਡੋਲ ਧਾਰਨੀ ਸਾਬਤ ਕਰਨ ਲਈ ਲਿਖਿਆ ਗਿਆ ਇੱਕ ਉਚੇਚਾ ਲੇਖ, ਪੰਜਾਬ ਪਾਸਟ ਐਂਡ ਪ੍ਰੈਜ਼ੈਂਟ, ਅੰਕ ਨੰਬਰ 30, 1981।
इस सिद्धांतक रोग का ही एक होर उगड़वा नमूना मनिया जा सकता है। जेकर कदे किसी सिख विद्वान या राजसी आगू ने सिख कौम बारे ठीक पोजिशन लै भी ली तो वह उसते ना तो जचवें पैरी खड़ सकिया ते ना ही इस दी तड़ले नाल पैरवाई करन दे समर्थ हो सकिया। असल विच खाली सिद्धांतक पोजिशना लैण जां छड़न नालों ठोस राजनीतक अमल राही प्रगट होई समझ वधेरे अहमियत रखती है। यही ओहो पक्ष है जिस चों सिख लीडरशिप की बौद्धिक गुरबत की होर भी माड़ी तस्वीर उगड़ती है। दोनों ही वनगियां दे सिख आगुआं दी यह मर्ज सांझी सी कि वह सिख पंथ नू एक कौम दे रूप विच नहीं एक घट गिणती धार्मिक वर्ग वजों देखदे सन। भारत दे दूसरे दोनों शरीक भाईचारियां हिंदू ते मुस्लिम दे मुकाबले सिख वर्ग गिणती दे लिहाज नाल असलों ही अणसावीं ते घाटेबंदी पोजिशन विच सी। इस नाल सिख पंथ के उपरले वर्गों खास करके इसके पढ़े लिखे हिस्सों के मन अंदर एक घट गिणती वर्ग के डर ते असुरक्षा की भावना माइनॉरिटी कंपलैक्स पक्के तौर पर घर कर गई। किसी भी बजवें इलाके अंदर बहुगिणती ना होने करके यह भावना होर पक्की होंदी चली गई। इस विचों सिख पंथ दीयां उपरलियां परतां अंदर दो पाटवियां सोच धारावां ने जन्म धारिया। सिख भाईचारे अंदरले रवायती वर्गों का मत यह सी कि दो वड्डे शरीकां विचकार घिरी सिख पंथ वर्गी निगूणी घट गिणती सिर्फ सरकारी सरप्रस्ती ते सदभावना आसरे ही अपने हितों का बचाव कर सकती है। इस विचों सिख सरदारा रईसा ते चीफ खालसा दवान की राजनीति निकली जो सिख कौम नू अंग्रेज हाकमा की पिछलग बनाउण की दिशा निर्धारित करती सी। दूसरे पासे सिख पंथ अंदरले नवें पढ़े लिखे मध्य वर्ग की सोच यह सी कि बरतानवी हाकमा वल्लों खुलेआम मुस्लिम भाईचारे की तरफदारी करन वाले पक्षपाती वतीरे दे सनमुख सिख पंथ की सुरक्षा ते बेहतरी का एक ही राह बचता है कि वह हिंदू वर्ग नाल एकता ते सहयोग की रणनीति का पल्ला फड़ के चले। इस विचों अकाली राजनीति की ओह धारा फुटी जिसने सिख कौम नू राजसी पक्ष तो पक्के तौर पर हिंदू वर्ग की राखवी टुकड़ी रिजर्व फोर्स बना के रख दिता। इस घट गिणती वाली सोच माइनॉरिटी कंपलैक्स विचों ना सिख कौम की आज़ादी का संकल्प उभर सकता सी ते ना ही इच्छा। इस करके अकाली लीडरशिप नू हिंदू आगू अगे यह सफाइया देन कि कोई सिख सुपने च भी आज़ाद सिख राज स्थापित करन दी इच्छा नहीं रख सकता विच रत्ती भर भी झिझक महसूस नहीं सी हुंदी। घट गिणती वाली सोच विचों घट गिणती दे हक्कां दी सुरक्षा दा सरोकार ही पैदा हो सकता सी। ओह होया भी दोनों ही वनगियां दी सिख लीडरशिप अपनी सांझी सिद्धांतक मर्ज दी वजह करके सिख कौम दे आज़ादी दे पैंतड़े नू नकारन अते सिख हितां दी राखी लई केवल अते केवल संविधानक सुरक्षावां दी मंग करन दे पैंतड़े उत्ते इक मत सी। 1917 तो लैके 1947 तक सिख आगुआं वल्लों पेश कीते हर विचार हर तजवीज़ अते हर मंग पत्र विच्चों इक ही सरोकार झलकदा है कि दुश्मना च घिरे सिख घट गिणती भाईचारे नू किवें बचाया जावे। बहुत ही छोटी गिनती होने करके अनुपात अनुसार नुमाइंदगी का आम सिद्धांत सिख हितों की राखी नहीं सी कर सकता। इस करके सिख आगू प्रशासन अंदर सिख वर्ग की हिस्सा पत्ती तय करन लई आबादी दे नाल ही होरना पक्षां नू भी गिणती विच रखन की मंग करन लगे। शरीक यह गल भला क्यों मनण अते बरतानवी हाकम भी एडे तर्क विहूणे तर्क नाल किवें सहमत होण। मुसलमान पंजाब अंदर अपनी बहुगिणती वाली पोजिशन तो हेठां क्यों लथण। उधर हिंदू आगू सिख लीडरशिप का मखौल उड़ाउण की अपनी इतिहासक महत्ता ते राज प्रति मौजूदा सेवावां दे आधार ते सिखां लई वक्री ते वधेरे नुमाइंदगी दी मंग करके सिख लीडर अजोकियां जमहूरी हालतां हेठ नुमाइंदा सरकार दे बुनियादी सिद्धांतां बारे अपनी अजीब किस्म दी उजड़ता दा मुजहारा कर रहे हन। इस टिप्पणी की गौर करने वाली गल यह है कि हिंदू आगुआं नू सिखां दी सिर्फ वधेरे नुमाइंदगी दी मंग ते ही इतराज़ नहीं सी, ओह सिखां वल्लों हिंदुआं नालों वक्री नुमाइंदगी दी मंग दा वी बराबर विरोध करदे सन।
इस चौतरफे विरोध ने सिख आगुआं नूं डर ते असुरक्षा दे नाल ही बेवसी दी भावना दा वी ताप चाढ़ दिता। इस चों ओह राजनीति दे होर वी उखड़े कुहाड़े चलाउण लग पए। उन्हां दी वड्डी चिंता पंजाब अंदर मुस्लिम बहुगिणती दे राजसी दाबे दी सामने दिस रही आफत तों अपना बचाव करन दी सी। इस करके जो भी तजवीज़ अते जो भी कदम पंजाब अंदर मुस्लिम वर्ग दी राजसी चौधर नूं तकड़िया करदा दसिया, सिख लीडरशिप ने उस दा बुरे दे घर तक जाके विरोध करन तों संकोच नहीं किया। 1942 जद कांग्रसी आगू क्रिप्स तजवीज़ां नाल सहमत हुंदे दिखे तां अकाली आगुआं ने आजाद केंद्रीय पंजाब दा नारा चुक लिया। इस केंद्रीय पंजाब दीआं हद्दां उन्हां इस हिसाब नाल उलीकियां कि इस विच हिंदुआं ते मुसलमानां दी वसो 40-40 फीसदी अते सिखां दी 20 फीसदी बनदी सी। मतलब यह कि मुसलमान बहुगिणती तो घट गिणती च तब्दील हुंदे सन। सिख लीडरशिप दा इहो इकमात्र निशाना सी। इस करके उन्हां केंद्रीय पंजाब विच्चों भारू मुस्लिम वसों वाली मुल्तान डिवीज़न छांग दित्ती सी, जो कि ना सिर्फ सभ्याचारक पक्ष तो सगों इतिहासक तौर पर हमेशा तो ही पंजाब का अंग बनी आ रही सी। पर इस दे उल्ट केंद्रीय पंजाब अंदर अंबाला डिवीज़न का भारू हिंदू वसो वाला हिंदी बोलता इलाका शामिल कर लिया सी, जो इतिहासक तौर पर कदे भी पंजाब का हिस्सा नहीं सी रहा। इसनों अंग्रेज़ा ने 1857 के गदर दौरान हकूमती विरोध की सज़ा देने लई ही पंजाब नाल जोड़िया सी। बिना किसी तर्कसंगत आधार दे महज राजसी सहूलत नूं मुख रख के कड़ी अजिही तर्क विहूणी पोजिशन दी किसी विरोधी ने तां की हमायत करनी सी, किसी दोस्त ने भी हामी ना भरी। जब जुलाई 1944 विच सी राजगोपालाचारिया ने मुस्लिम लीग दी पाकिस्तान दी मंग नाल मामूली सहमति प्रगटाउंदिया होया सांझी कौमी सरकार बनाउण दा फार्मूला पेश कर दिता, तां सिख आगुआं अंदर इकदम घबराहट जिही फैल गई। इस फार्मूले नूं गांधी ने भी अपनी प्रवानगी दे दित्ती। सिख आगुआं ने अपने रोस ते गुस्से दा प्रगटावा करन लई झट 21 अगस्त 1944 नूं अमृतसर विखे सर्व पार्टी सिख कानफ्रेंस बुला लई। मास्टर तारा सिंह ने इस मीटिंग अंदर अपना अग चब दा भाषण दिता। उसने हिंदुआ नूं मुखातब हुंदिया कहा कि जे तुसी इक घट गिणती नूं जोर नाल देश दे अंदर नहीं रख सकदे तां दूजी नूं धक्के नाल देश तों बाहर किवें कढ सकदे हो। इस कानफ्रेंस अंदर भारू रो आज़ाद सिख राज दे हक विच सी। इत्थे मास्टर तारा सिंह ने पहली बार खुल के यह गल आखी कि सिख एक कौम हन। ज्ञानी करतार सिंह ने भी आज़ाद सिख राज दी मंग दी प्रोड़ता की। इस तो बाद अक्टूबर 1944 विच लाहौर विखे जुड़ी अजेही ही सर्व पार्टी सिख कानफ्रेंस ने इन्हां ही विचारां दी प्रोड़ता की। पर यह सिख आगुआं वल्लों गुस्से च कढ़िया जा रहा गुब गुबाट ही सी। आज़ाद सिख राज दी यह मंग सिख आगुआं दी किसी तर्कशील सोच चों नहीं बल्कि पाकिस्तान दी मंग दे तत् भड़त्थे प्रतिक्रम चों पैदा हुई सी। इस करके ना तो सिख आगुआं वल्लों इस मंग पिछे कोई निगर तर्क पेश किया गया ते ना ही इस ते दृढ़ता नाल पहरा दिता जा सकया। मास्टर तारा सिंह वल्लों सिख कौम दी गल भी कोई डूंगी सोच विचार ते निगर सिद्धांतक आधार चों नहीं सी कीती गई। यह औख ते गुस्से चों पैदा होया महज एक जज्बाती उबाल सी। अजिहे जज्बाती उबालां दी ना तो बहुती म्याद हुंदी है ते ना मार। समझदार विरोधी इसनों बहुती गंभीरता नाल नहीं लैंदा क्योंकि इसनों पता हुंदा है कि इसने आपे समा पैन नाल शांत हो जाना हुंदा है। इसे करके सिख आगुआं दी आज़ाद सिख राज दी गल नूं किसी ने भी बहुती गंभीरता नाल नहीं लिया। असल विच अकाली आगू खुद इस बारे गंभीर नहीं सन। यह उन्हां दी अपनी कौमी आज़ादी दे जज्बे चों निकली सकारात्मक मंग नहीं सी, सगों पाकिस्तान दी मंग दे विरोध चों निकली नकारात्मक पैंतड़ेबाजी सी। सिख आगुआं वल्लों पाकिस्तान दी मंग दे शुरीले विरोध पिछे भी कोई निगर तर्क नहीं सी। इस दा आधार महज एक जज्बा सी। यह जज्बा की सी? जेकर सिख आगू इस सवाल नूं ही गंभीरता नाल संबोधित होए हुंदे तां उहनां नूं अपने सिद्धांतक कचोले ते उलझणबाजी चों निकलण दा राह आपे दस पैणा सी अते उहनां दी नकारात्मक राजनीति तों आपे खलासी हो जाणी सी। हालत यह बनी हुई सी कि सिख किसी भी सूरत अते किसी भी शकल विच मुस्लिम वर्ग दा राजसी दाबा सहन करन लई तैयार नहीं सन। यह जज्बा सिख भाईचारे अंदर एडा प्रबल सी कि ओह इस मामले च रत्ती भर भी रियायत देन लई तैयार नहीं सन।
यह जज्बा तत् रूप विच एक कौमी जज्बा सी जिस दे पिछे इतिहास दा निगर अनुभव काम कर रहा सी। कोई घट गिणती वर्ग जेकर घट गिणती की चेतना ही रखता होवे तां ओह इस तरह की सिरे की एबसोल्यूट पोजिशन नहीं लै सकता, लै भी लए तां इस ते अडोलता नाल खड़ो नहीं सकता। बहुभांति राज अंदर क्योंकि घट गिणती वर्ग की होनी ही कुछ इस तरह निश्चित हुई हुंदी है कि उसनू भारू वर्ग के राजसी गलबे की लानत तो अंशक रूप विच ही राहत मिल सकती है संविधानक सुरक्षावां राही। ਉਹ ਇਸ ਤੋਂ ਮੁਕੰਮਲ ਰੂਪ ਵਿੱਚ ਸੁਰਖਰੂ ਨਹੀਂ ਹੋ ਸਕਦਾ। ਇਸ ਕਰਕੇ ਆਮ ਤੌਰ 'ਤੇ ਘੱਟ ਗਿਣਤੀ ਵਰਗ ਰਾਜਸੀ ਦਾਬੇ ਨੂੰ ਕਿਸੇ ਵੀ ਸੂਰਤ ਅਤੇ ਕਿਸੇ ਵੀ ਸ਼ਕਲ ਵਿੱਚ ਨਾ ਸਹਿਣ ਕਰਨ ਵਰਗੀਆਂ ਸਿਰੇ ਦੀਆਂ ਰਾਜਸੀ ਪੁਜੀਸ਼ਨਾਂ ਨਹੀਂ ਲੈਂਦੇ। ਉਹਨਾਂ ਦੇ ਸਰੋਕਾਰ ਅਤੇ ਯਤਨ ਇਸ ਦਾਬੇ ਦੇ ਬੋਝ ਅਤੇ ਇਸ ਦੀ ਚੋਬ ਨੂੰ ਵੱਧ ਤੋਂ ਵੱਧ ਹੱਦ ਤੱਕ ਘੱਟ ਕਰਨ ਦੀ ਦਿਸ਼ਾ ਵੱਲ ਸੇਧਿਤ ਹੁੰਦੇ ਹਨ। राजसी दाबे दे जूले नू पूरी तरह गलों वगा मारना उना दे भागां विच नहीं हुंदा। हाँ, ओह इस जूले दी अरली नू गल तों वधेरे दूर रिसकाउण लई यतनशील जरूर हुंदे हन। स्वै चेतन कौमां दा मामला एदू वखरा हुंदा है। कौमी चेतना जद जोबन ते आ जावे तां संबंधित भाईचारा शरीक कौम दे राजसी दाबे नू किसे भी सूरत ते किसे भी शकल विच सहन करन तों इनकारी हो जांदा है। एक घट गिनती वर्ग की चेतना ते कौमी चेतना विच एह अहम फर्क हुंदा है। सो जद सिख भाईचारा मुस्लिम वर्ग की राजसी गुलामी नू किसे भी सूरत ते किसे भी शकल विच झलन तो मुनकर हो रहा सी तां ओह तत् रूप विच अपनी कौमी चेतना का प्रगटावा कर रहा सी, भावें कि ओह इस तों सुचेत नहीं सी। ठीक इहो गल मुस्लिम हिंदू संबंधां उत्ते लागू हुंदी सी। मुस्लिम भाईचारा जा एह कह लवो कि उसदे वधेरे जागरूक हिस्से हिंदू बहुगिणती वर्ग की राजसी गुलामी नू किसी भी रूप विच चलन लई तैयार नहीं सन। ओह इसदे आधार बारे सुचेत भी सन। ओह ठोक वजा के यह गल कह रहे सन कि मुस्लिम वर्ग एक घट गिणती धार्मिक वर्ग नहीं सगों वक्री कौम है। इसे कौमी चेतना चो उन्हां दियां कट्टड़ कहियां जांदियां मंगां ते पोजीशनां समेत पाकिस्तान की मंग दे निकलदियां सन। सिख कौम ते इस दे लीडर अचेत रूप च तां कौमी जज्बे दा प्रगटावा कर रहे सन, पर ओह इस बारे पूरे सुचेत नहीं सन। असल विच उहनां दी कौमी चेतना पूरी नहीं अधूरी सी, मुकम्मल नहीं अंशक सी। इस करके उहनां वल्लों दो गंभीर गड़बड़ा हो रहियां सन। एक तां ओह अपने इस मुस्लिम विरोध दा निगर अते तर्क संगत आधार दर्शाउण च नाकाम रह रहे सन, जिस नाल होरना नू खास करके बरतानवी हाकमां नू इस विरोध दा रैशनल समझण च वड्डी दिक्कत आ रही सी। दूजा, ओह दोहरी राजनीतिक पैंतड़ेबाजी अपना रहे सन। मुस्लिम वर्ग नाल निपटण वेले तां ओह कौमी चेतना दा प्रगटावा करदे सन, पर हिंदू वर्ग दे मामले च ओह कौमी चेतना तों इकदम हेठां उतर के घट गिणती वर्ग दी चेतना दे पद्धर ते आ डिगदे सन। यही वजह है कि 1944-45 विच जा के जदों सिख आगुआं नू इह लगन लग पिया सी कि कांग्रसी आगू पाकिस्तान दी अर्थात भारत दे बंटवारे दी मंग नाल सहमत होण वाल झुक रहे हन, तां उहनां निराशता ते बेदली च मुस्लिम आगुआं नाल लै दे करन दा मन बनाया। उहनां अणमन्ने चित नाल जिन्हां ते होरनां मुस्लिम आगुआं नाल गलबात दा सिलसिला वी आरंभ दित्ता। इस गलबात दौरान ओह अपने हितां बारे इस हद तक जागरूकता का प्रगटावा कर रहे सन कि मुस्लिम आगुआं दी किसी फोकी यकीन दहानी उत्ते तिजण दी थां ओह पाकिस्तान विच शामिल होण लई हर मसले बारे ठोस अते लिखती संविधानक गरंटियां दी शर्त रख रहे सन। इस दे उल्ट अपनी होणी नूं भारत नाल जोड़न दा फैसला करन मौके उन्हां हिंदू आगुआं कोलों किसी एक भी गल बारे लिखती भरोसा जां संविधानिक गरंटी दी मंग नहीं कीती। उन्हां सब कुछ राम भरोसे छड्डण दा जो राजनीतिक कच्चपुणा दिखाया उस चों उन्हां दी कौमी चेतना दी तां गल ही छड्डो, घट गिणती वर्ग चेतना दी वी कोई झलक नहीं दिखदी। इस दे मुकाबले मुस्लिम लीडरशिप दी राजसी सोझी कितें अगांह पहुंची हुई सी। हिंदू आगुआं ने मुस्लिम लीडरशिप नूं भरमाउण लई राजसी चोगा पाउण दे जिन्ने भी यतन कीते सब नाकाम रहे। 1940 विच सी राजगोपालचारिया ने भारत नूं इकमुठ रखण दे उदेश नाल पहले 10 सालां लई मुस्लिम प्रधानमंत्री दी तजवीज़ रखी, पर मुस्लिम आगू जाणी जाण सन। उहनां नूं पता सी कि जद तीजी धिर अर्थात अंग्रेज़
ਦ੍ਰਿਸ਼ ਤੋਂ ਲਾਂਭੇ ਹੋ ਗਏ ਤਾਂ ਮੁਸਲਿਮ ਘੱਟ ਗਿਣਤੀ ਵਰਗ ਪੂਰੀ ਤਰ੍ਹਾਂ ਹਿੰਦੂਆਂ ਦੇ ਰਹਿਮੋ ਕਰਮ 'ਤੇ ਰਹਿ ਜਾਵੇਗਾ। ਫਿਰ ਨਾ ਕੋਈ ਸੰਵਿਧਾਨਕ ਗਾਰੰਟੀ ਕੰਮ ਆਵੇਗੀ ਅਤੇ ਨਾ ਪ੍ਰਧਾਨ ਮੰਤਰੀ ਪੁਣਾ ਕੁਝ ਕਰ ਸਕੇਗਾ। ਮੁਸਲਿਮ ਆਗੂਆਂ ਨੂੰ ਪਤਾ ਸੀ ਕਿ ਸੰਵਿਧਾਨ ਨੂੰ ਬਦਲਣ ਜਾਂ ਰੱਦ ਕਰਨ 'ਚ ਬਹੁਤੀ ਦੇਰ ਨਹੀਂ ਲੱਗਦੀ, ਬਹੁ ਗਿਣਤੀ ਨਾਲ ਹੋਵੇ ਤਾਂ ਬਹੁਤਾ ਜ਼ੋਰ ਵੀ ਨਹੀਂ ਲੱਗਦਾ। ਪਰ ਸਿੱਖ ਲੀਡਰਸ਼ਿਪ ਇਸ ਰਾਜਸੀ ਸੋਝੀ ਤੋਂ ਊਣੀ ਹੀ ਨਹੀਂ, ਲਗਭਗ ਕੋਰੀ ਹੀ ਸੀ। ਕਿਸੇ ਮੁਸਲਿਮ ਬੁੱਧੀਮਾਨ ਵੱਲੋਂ ਕਹੀ ਗੱਲ ਕਿੰਨੀ ਸੱਚ ਪ੍ਰਤੀਤ ਹੁੰਦੀ ਹੈ ਕਿ ਹਿੰਦੂ ਆਗੂ ਆਉਣ ਵਾਲੇ ਘਟਨਾਕ੍ਰਮ ਦਾ ਅਗਾਊਂ ਅਨੁਮਾਨ ਲਾ ਲੈਂਦੇ ਹਨ, ਮੁਸਲਿਮ ਮੌਕਾ ਆਉਣ 'ਤੇ ਅੱਖਾਂ ਖੋਲ੍ਹਦੇ ਹਨ ਅਤੇ ਸਿੱਖਾਂ ਦੀਆਂ ਅੱਖਾਂ ਮੌਕਾ ਲੰਘ ਜਾਣ ਤੋਂ ਬਾਅਦ ਜਾ ਕੇ ਖੁੱਲ੍ਹਦੀਆਂ ਹਨ। ਸਿੱਖ ਲੀਡਰਸ਼ਿਪ ਦੀ ਰਾਜਸੀ ਚੇਤਨਾ ਦਾ ਹਾਲ ਇਹ ਸੀ ਕਿ ਜਦ ਕਾਂਗਰਸ ਨੇ ਦੇਸ਼ ਦੀ ਵੰਡ ਦੀ ਤਜਵੀਜ਼ ਨਾਲ ਸਹਿਮਤੀ ਪ੍ਰਗਟਾ ਦਿੱਤੀ ਤਾਂ ਸਰਦਾਰ ਹੁਕਮ ਸਿੰਘ ਦੇ ਸ਼ਬਦਾਂ 'ਚ, ਸਿੱਖ ਸਾਰੇ ਪਾਸਿਆਂ ਤੋਂ ਲੁੱਟੇ ਪੁੱਟੇ ਗਏ ਮਹਿਸੂਸ ਕਰਨ ਲੱਗੇ ਅਤੇ ਲੀਡਰ ਪਹੁੰਚਲ ਕੇ ਰਹਿ ਗਏ। ਸਰਦਾਰ ਹੁਕਮ ਸਿੰਘ ਦਾ ਇਹ ਮੰਨਣਾ ਕਿ ਸਾਡੀ ਲੀਡਰਸ਼ਿਪ ਪੱਲੇ ਹਾਸਲ ਕੀਤੇ ਜਾਣ ਵਾਲੇ ਕਿਸੇ ਵੀ ਠੋਸ ਨਿਸ਼ਾਨੇ ਦੀ ਕੋਈ ਤਸਵੀਰ ਨਹੀਂ ਸੀ, ਕਿਸੇ ਮਾਮੂਲੀ ਥੜਕਣ ਜਾਂ ਕਮਜ਼ੋਰੀ ਦਾ ਨਹੀਂ, ਸਗੋਂ ਰਾਜਸੀ ਦਿਵਾਲੀਏਪਣ ਦਾ ਇਕਬਾਲ ਹੈ। ਇਸ ਦੇ ਬਾਵਜੂਦ ਵੀ ਜੇਕਰ ਸਰਦਾਰ ਹੁਕਮ ਸਿੰਘ ਹੋਰੀ 1973 ਵਿੱਚ ਇਹ ਕਹਿਣ ਦੀ ਜ਼ੁਰਤ ਕਰਦੇ ਹਨ ਕਿ 1947 ਵਿੱਚ ਸਿੱਖ ਲੀਡਰਸ਼ਿਪ ਨੇ ਜੋ ਫੈਸਲਾ ਕੀਤਾ ਉਹ ਹਾਸਲ ਹਾਲਤਾਂ ਵਿੱਚ ਸਭ ਤੋਂ ਬਿਹਤਰ ਫੈਸਲਾ ਸੀ ਅਤੇ ਏਦੋ ਚੰਗਾ ਕੋਈ ਫੈਸਲਾ ਹੋ ਹੀ ਨਹੀਂ ਸੀ ਸਕਦਾ, ਤਾਂ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਜਿਸ ਦਾ ਸਰਦਾਰ ਹੁਕਮ ਸਿੰਘ ਹੋਰੀ ਮਹੱਤਵਪੂਰਨ ਅੰਗ ਸਨ, ਦੀ ਬੌਧਿਕ ਕਾਬਲੀਅਤ ਦਾ ਅਨੁਮਾਨ ਲਾਉਣਾ ਔਖਾ ਨਹੀਂ। ਜਿਹੜੀ ਲੀਡਰਸ਼ਿਪ ਕੋਲ ਹਾਸਲ ਕੀਤੇ ਜਾਣ ਵਾਲੇ ਕਿਸੇ ਵੀ ਠੋਸ ਨਿਸ਼ਾਨੇ ਦੀ ਕੋਈ ਤਸਵੀਰ ਹੀ ਨਹੀਂ ਸੀ ਅਤੇ ਜਿਹੜੀ ਲੀਡਰਸ਼ਿਪ ਸਰਦਾਰ ਹੁਕਮ ਸਿੰਘ ਦੇ ਹੀ ਸ਼ਬਦਾਂ 'ਚ ਕਿਸੇ ਇੱਕ ਪੋਜੀਸ਼ਨ 'ਤੇ ਟਿਕਵੇਂ ਪੈਰੀ ਨਹੀਂ ਖੜੋ ਸਕੀ, ਉਸ ਲੀਡਰਸ਼ਿਪ ਦੀ ਕਰਾਮਾਤ ਦੇਖੋ ਕਿ ਉਸਨੇ ਅਜਿਹਾ ਫੈਸਲਾ ਲੈਣ ਦਾ ਕਰਿਸ਼ਮਾ ਕਰ ਦਿਖਾਇਆ ਜੋ ਹਾਸਲ ਹਾਲਤਾਂ ਵਿੱਚ ਸਭ ਤੋਂ ਬਿਹਤਰ ਸੀ ਅਤੇ ਜਿਸ ਤੋਂ ਚੰਗਾ ਕੋਈ ਹੋਰ ਫੈਸਲਾ ਹੋ ਹੀ ਨਹੀਂ ਸੀ ਸਕਦਾ। ਕਿਉਂ? ਕਿਉਂਕਿ ਸਰਦਾਰ ਹੁਕਮ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਨੇ ਤਾਂ ਠੀਕ ਹੀ ਸਾਡੇ ਨਾਲ ਧੋਖਾ ਕੀਤਾ, ਪਰ ਜੇਕਰ ਅਸੀਂ ਮੁਸਲਿਮ ਲੀਗ ਅਤੇ ਜਿਨ੍ਹਾਂ 'ਤੇ ਭਰੋਸਾ ਕਰ ਲੈਂਦੇ ਤਾਂ ਵੀ ਸਾਡੇ ਨਾਲ ਇਹੀਓ ਸ਼ਾਇਦ ਇਦੋਂ ਵੀ ਬੁਰਾ ਹੋਣਾ ਸੀ। ਸਰਦਾਰ ਹੁਕਮ ਸਿੰਘ ਵੱਲੋਂ ਇਹ ਮਿੱਥ ਕੇ ਤੁਰਨਾ ਕਿ ਸਿੱਖਾਂ ਕੋਲ ਆਪਣੀ ਹੋਣੀ ਨੂੰ ਭਾਰਤ ਜਾਂ ਪਾਕਿਸਤਾਨ 'ਚੋਂ ਕਿਸੇ ਇੱਕ ਦੇ ਹਵਾਲੇ ਕਰ ਦੇਣ ਤੋਂ ਇਲਾਵਾ ਜਾਂ ਵੱਖਰਾ ਹੋਰ ਕੋਈ ਰਾਹ ਹੀ ਨਹੀਂ ਸੀ, ਉਸ ਦੀ ਅਤੇ ਉਸਦੇ ਸਮਕਾਲੀ ਸਿੱਖ ਆਗੂਆਂ ਦੀ ਚੇਤਨਾ ਦੇ ਖਾਸੇ ਅਤੇ ਪੱਧਰ ਬਾਰੇ ਦਿਮਾਗ ਰੁਸ਼ਨਾਊ ਇਕਬਾਲੀਆ ਬਿਆਨ ਹੈ। ਘੱਟ ਗਿਣਤੀ ਵਰਗ ਚੇਤਨਾ ਅਤੇ ਘੱਟ ਗਿਣਤੀ ਹੀਣ ਭਾਵਨਾ ਦਾ ਇਸ ਤੋਂ ਸ਼ੁੱਧ ਨਮੂਨਾ ਹੋਰ ਕੀ ਹੋ ਸਕਦਾ? ਬਦਲ ਹੈ ਸੀ, ਪਰ ਸਿੱਖ ਲੀਡਰਸ਼ਿਪ ਇਸ ਬਾਰੇ ਸੁਚੇਤ ਹੈ ਸੀ ਜਾਂ ਨਹੀਂ, ਪਰ ਸੱਚ ਇਹ ਸੀ ਅਤੇ ਹੈ ਕਿ ਸਿੱਖ ਵਿਚਾਰਧਾਰਾ ਅਤੇ ਇੱਕ ਖਾਸ ਇਤਿਹਾਸਕ ਅਨੁਭਵ ਦੀ ਬਦੌਲਤ ਸਿੱਖ ਪੰਥ ਅੰਦਰ ਇੱਕ ਕੌਮ ਦੀ ਹੈਸੀਅਤ ਅਤੇ ਚੇਤਨਤਾ ਚਿਰੋਕਣੀ ਪੈਦਾ ਹੋ ਗਈ ਸੀ। ਇਸ ਦੀ ਅੰਤਰਾਤਮਾ ਨੂੰ ਘੱਟ ਗਿਣਤੀ ਵਰਗ ਵਾਲਾ ਰੁਤਬਾ ਅਤੇ ਸਲੂਕ ਮਨਜ਼ੂਰ ਨਹੀਂ ਸੀ। ਸਿੱਖ ਪੰਥ ਦੇ ਅੰਤਰ ਮਨ ਅੰਦਰ ਆਜ਼ਾਦੀ ਦੀ ਇੱਛਾ ਨੇ ਗੁਰੂ ਸਾਹਿਬਾਨ ਵੇਲੇ ਤੋਂ ਹੀ ਸਰੂਪ ਧਾਰਿਆ ਹੋਇਆ ਸੀ। ਇਹੀ ਉਹ ਤਾਕਤ ਸੀ ਜਿਸਨੇ ਸਿੱਖ ਕੌਮ ਨੂੰ ਇਤਿਹਾਸ ਵਿੱਚ ਇਸ ਖਿੱਤੇ ਅੰਦਰ ਬਾਕੀ ਭਾਰਤ ਦੇ ਲੋਕਾਂ ਨਾਲੋਂ ਵੱਖਰਾ ਅਤੇ ਵਿਲੱਖਣ ਰੋਲ ਨਿਭਾਉਣ ਦੇ ਸਮਰੱਥ ਬਣਾਇਆ। 1849 ਵਿੱਚ ਆਜ਼ਾਦ ਸਿੱਖ ਰਾਜ ਦੇ ਖੁੱਸ ਜਾਣ ਨਾਲ ਆਜ਼ਾਦੀ ਦੀ ਇੱਛਾ ਖਤਮ ਨਹੀਂ ਸੀ ਹੋ ਗਈ, ਇਹ ਤੜਪ ਬਣ ਕੇ ਸਿੱਖ ਕੌਮ ਦੀ ਅੰਤਰ ਆਤਮਾ ਦੇ ਅੰਦਰ ਪ੍ਰਵੇਸ਼ ਕਰ ਗਈ ਸੀ। ਇਹੀ ਤੜਪ ਸੀ ਜੋ ਸਿੱਖ ਕੌਮ ਨੂੰ ਬਰਤਾਨਵੀ ਹਾਕਮਾਂ ਵਿਰੁੱਧ ਵਾਰ ਵਾਰ ਸੰਘਰਸ਼ ਲਈ ਪ੍ਰੇਰਦੀ ਸੀ। ਜੇਕਰ ਭਾਰਤ ਦੀ ਆਜ਼ਾਦੀ ਦੀ ਲੜਾਈ ਅੰਦਰ ਕੁਰਬਾਨੀਆਂ ਦੇ ਲਿਹਾਜ਼ ਨਾਲ ਭਾਰਤ ਦੇ ਬਾਕੀ ਲੋਕਾਂ ਦੀ ਤੁਲਨਾ ਵਿੱਚ ਸਿੱਖ ਕੌਮ ਦੀ ਦੇਣ ਕਿਤੇ ਵਾਧੂ ਹੈ, ਤਾਂ ਇਸ ਦੀ ਬੁਨਿਆਦੀ ਵਜ੍ਹਾ ਸਿੱਖ ਪੰਥ ਅੰਦਰ ਜਾਗੀ ਕੌਮੀ ਚੇਤਨਾ ਹੈ। ਜਿਸ ਕੌਮ ਅੰਦਰ ਅਜਿਹੇ ਗੁਣ ਅਤੇ ਲੱਛਣ ਪੈਦਾ ਹੋ ਚੁੱਕੇ ਹੋਣ, ਉਹ ਕੌਮੀ ਆਜ਼ਾਦੀ ਦੀ ਸੁਭਾਵਿਕ ਦਾਅਵੇਦਾਰ ਹੋ ਨਿਬੜਦੀ ਹੈ। ਕੌਮੀ ਆਜ਼ਾਦੀ ਤੋਂ ਬਿਨਾਂ ਉਸਦੀ ਰੂਹ ਨੂੰ ਰੱਜ ਨਹੀਂ ਮਿਲਦਾ। ਇਸ ਦ੍ਰਿਸ਼ਟੀਕੋਣ ਤੋਂ ਦੇਖਿਆਂ ਸਹਿਜੇ ਹੀ ਇਸ ਨਿਰਣੇ 'ਤੇ ਅਪੜਿਆ ਜਾ ਸਕਦਾ ਹੈ ਕਿ ਸਿੱਖ ਲੀਡਰਸ਼ਿਪ ਨੂੰ ਸਿੱਖ ਕੌਮ ਦੀ ਆਜ਼ਾਦੀ ਦਾ ਪੈਂਤੜਾ ਉਭਾਰਨਾ ਚਾਹੀਦਾ ਸੀ। ਸਿੱਖ ਪੰਥ ਦੇ ਧਾਰਮਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਸੀ ਹਿੱਤ ਵੀ ਅਜਿਹੇ ਹੀ ਪੈਂਤੜੇ ਦੀ ਮੰਗ ਕਰਦੇ ਸਨ, ਕਿਉਂਕਿ ਆਜ਼ਾਦੀ ਤੋਂ ਬਿਨਾਂ ਇਹਨਾਂ ਹਿੱਤਾਂ ਦੀ ਸੁਰੱਖਿਆ ਕਤਈ ਤੌਰ 'ਤੇ ਸੰਭਵ ਨਹੀਂ ਸੀ। ਪਰ ਇਸ ਮਾਮਲੇ ਵਿੱਚ
पर मुख दलील यह दिती जाती है कि किसी भी बजवें खिते अंदर बहुगिणती ना होण करके सिखा वालों अजिही पोजिशन लै सकनी ना सिर्फ बेहद औखी सगों असंभव वर्गी गल लगती सी। कांग्रसी आगुआं तो मोह भंग हो जाण तो बाद जद भी सिख आगुआं ने अंग्रेज़ हाकमां कोल आज़ाद सिख राज दी मंग उठाउण दी कोशिश कीती तां उहनां नूं अक्सर इस मोड़वें सवाल नाल निरुत्तर कीता जांदा रिहा है कि उह आज़ाद राज बनाउणगे कित्थे। जद भी सिख आगुआं नूं अजिहे राज दीआं हद्दां बारे पुछिआ गिआ तां उह कदे भी तसल्ली बख्श जवाब ना दे सके। कदे उह पुराने सिख राज अंदरले सारे इलाके ते हक जताउण लग पैंदे अते कदे पिशावर तों लै के जमुना तक दा इलाका प्रस्ताव सिख राज विच शामिल करन दी ना मनण योग मंग करन तक चले जांदे। अजोकी लोकतंत्री प्रणाली हेठ क्योंकि राज बहुगिणती दा ही संभव हो सकता है अते सिख आगुआं वल्लों प्रस्ताव आज़ाद सिख स्टेट अंदर सिख एक बहुत ही छोटी घट गिणती बनते सन, इस करके उन्हां दी आज़ाद सिख राज दी मंग नूं तर्क विहूणी अते अणउचित कह के रद्द कर दिता जांदा रहा। सिख आगू क्योंकि खुद इस मंग प्रति गंभीर नहीं सन अते उह इस नूं पाकिस्तान दी मंग दा विरोध करन लई एक हथियार दे तौर ते वरत रहे सन, इस करके उन्हां वी कदे इस समस्या नाल बहुती गंभीरता ते डूंघाई विच जा के खोजलण दा यतन नहीं कीता। सिखां दी किसे वी बजवें खेतर अंदर बहुगिणती ना होणी बिना शक एक वड्डी समस्या सी जिस दा कोई आसान हल नज़र नहीं सी आउंदा। इस अमली मुश्किल नाल आज़ाद सिख स्टेट की स्थापना का कार्य बेहद दुब्बर जरूर बनता सी, परंतु इस आधार पर ही सिख कौम की आज़ादी की मंग ते पैंतड़े नूं अणउचित ठहराउणा ना सिर्फ सिख भाईचारे नाल वड्डी बेइंसाफी सी सगों कौमी सवाल बारे एक वड्डी सिद्धांतक कुताही नूं मानता देण वाली गल भी सी। सिख कौम की आज़ादी की मंग नूं नाकारन दा पैंतड़ा कौमी सवाल बारे गलत समझ चों निकलदा सी। आम प्रचलित ते प्रवानित धारना यह कहिंदी है कि किसी भी कौम की आज़ाद स्टेट कायम करन दी मंग सिर्फ अते सिर्फ उस सूरत विच ही मनणयोग हो सकती है जदों उसकी एक बजवें खिते अंदर बहुगिणती होवे। आम रूप च यह गल दुरुस्त है ते जचनहार भी लगती है, पर किसी भी आम समझ नियम जां धारना नूं लै लवो ਉਹ ਕਦੇ ਵੀ ਪਰਮ ਸੰਪੂਰਨ ਨਹੀਂ ਹੁੰਦੀ, ਹੋ ਹੀ ਨਹੀਂ ਸਕਦੀ। ਇਹ ਕੁਦਰਤ ਦਾ ਨਿਯਮ ਹੈ। ਜਿੱਥੇ ਇਹ ਗੱਲ ਠੀਕ ਹੈ ਕਿ ਹਰ ਵਰਤਾਰਾ ਕਿਸੇ ਨਾ ਕਿਸੇ ਨਿਯਮ ਅਧੀਨ ਚੱਲਦਾ ਹੈ, ਉੱਥੇ ਇਹ ਵੀ ਸੱਚ ਹੈ ਕਿ ਸਾਰੇ ਵਰਤਾਰੇ ਇੰਨੇ ਸਰਲ ਪੱਧਰੇ ਨਹੀਂ ਹੁੰਦੇ ਜੋ ਉਹਨਾਂ ਨੂੰ ਪੂਰਨ ਰੂਪ ਵਿੱਚ ਆਮ ਨਿਯਮਾਂ ਅੰਦਰ ਬੰਨਿਆ ਜਾ ਸਕੇ। ਕੁਦਰਤ ਦਾ ਨਿਯਮ ਵਨ ਸੁਵੰਨਤਾ ਹੈ, ਨਾ ਕਿ ਇੱਕ ਰੂਪਤਾ। ਵਨ ਸੁਵੰਨਤਾ ਸਿਰਫ ਵੱਖੋ ਵੱਖਰੇ ਵਰਤਾਰਿਆਂ ਦੇ ਰੂਪ 'ਚ ਹੀ ਨਹੀਂ ਸਗੋਂ ਅਗਾਂਹ ਹਰ ਵਰਤਾਰੇ ਦੇ ਅੰਦਰ ਵੀ ਦੇਖਣ ਨੂੰ ਮਿਲਦੀ ਹੈ। ਹਰ ਵੱਡੇ ਵਿਆਪਕ ਅਤੇ ਗੁੰਝਲਦਾਰ ਵਰਤਾਰੇ ਅੰਦਰ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਮ ਸਮਝ ਦੇ ਘੇਰੇ 'ਚ ਫਿੱਟ ਕਰਨਾ ਮੁਸ਼ਕਲ ਹੁੰਦਾ ਹੈ। ਇਹਨਾਂ ਨੂੰ ਆਮ ਤੌਰ 'ਤੇ ਅਸਧਾਰਨ ਜਾਂ ਛੋਟਵੇਂ ਐਕਸੈਪਸ਼ਨਲ ਪੱਖ ਕਿਹਾ ਜਾਂਦਾ ਹੈ। ਇਹ ਪੱਖ ਆਮ ਨਿਯਮਾਂ ਜਨਰਲ ਰੂਲ ਤੋਂ ਬਾਹਰ ਹੁੰਦੇ ਹਨ ਅਤੇ ਇਹਨਾਂ ਅਸਧਾਰਨ ਮਾਮਲਿਆਂ ਦੇ ਹੱਲ ਵੀ ਅਸਧਾਰਨ ਹੁੰਦੇ ਹਨ, ਆਮ ਨਹੀਂ। ਸਿੱਖ ਕੌਮ ਦਾ ਮਸਲਾ ਕੁਝ ਅਜਿਹਾ ਹੀ ਸੀ ਜਿੱਥੇ ਸਿੱਖ ਪੰਥ ਅੰਦਰ ਇੱਕ ਕੌਮ ਵਾਲੀਆਂ ਸਾਰੀਆਂ ਵਿਸ਼ੇਸ਼ਤਾਈਆਂ ਵਿਦਮਾਨ ਸਨ, ਉੱਥੇ ਇਸ ਦੀ ਆਜ਼ਾਦ ਸਟੇਟ ਦੀ ਸਥਾਪਨਾ ਦੇ ਰਾਹ ਵਿੱਚ ਇੱਕ ਬਹੁਤ ਹੀ ਵੱਡੀ ਅਮਲੀ ਮੁਸ਼ਕਲ ਆ ਖੜੀ ਸੀ। ਇਤਿਹਾਸ ਦਾ ਵਿਹਾਰ ਕੁਝ ਇਸ ਤਰ੍ਹਾਂ ਚੱਲਿਆ ਕਿ ਸਿੱਖ ਵੱਸੋਂ ਕਿਸੇ ਇੱਕ ਬੱਜਵੇਂ ਖੇਤਰ ਅੰਦਰ ਇਕੱਤਰ ਹੋਣ ਦੀ ਜਗ੍ਹਾ ਦੂਰ ਤੱਕ ਖਿਲਰ ਗਈ ਸੀ। ਸਿੱਟੇ ਵਜੋਂ ਉਹ ਕਿਸੇ ਬੱਜਵੇਂ ਖਿੱਤੇ ਅੰਦਰ ਬਹੁਗਿਣਤੀ ਦਾ ਰੁਤਬਾ ਹਾਸਲ ਨਹੀਂ ਕਰ ਸਕੀ। ਇਹ ਇੱਕ ਅਸਧਾਰਨ ਹਾਲਤ ਸੀ ਜਿਸਨੇ ਸਿੱਖ ਕੌਮ ਨੂੰ ਅਜੀਬੋ ਗਰੀਬ ਦਸ਼ਾ ਵਿੱਚ ਧੱਕ ਦਿੱਤਾ ਸੀ। ਕੌਮਾਂ ਦੇ ਇਤਿਹਾਸ ਅੰਦਰ ਅਜਿਹੀ ਅਨੋਖੀ ਉਦਾਹਰਣ ਘੱਟ ਹੀ ਦੇਖਣ ਨੂੰ ਮਿਲਦੀ ਹੈ। ਇੱਕ ਯਹੂਦੀ ਸਨ ਜਿਨ੍ਹਾਂ ਦੀ ਸਮੱਸਿਆ ਇਸ ਪੱਖੋਂ ਕਾਫੀ ਮੇਲ ਖਾਂਦੀ ਸੀ। ਕੁਝ ਯੂਰਪੀ ਦੇਸ਼ਾਂ ਅੰਦਰ ਯਹੂਦੀ ਲੋਕਾਂ ਉੱਤੇ ਹੋ ਰਹੇ ਵਹਿਸ਼ੀ ਅੱਤਿਆਚਾਰਾਂ ਨੇ ਖਾਸ ਕਰਕੇ ਫਾਸ਼ੀਵਾਦੀ ਤਾਕਤਾਂ ਵੱਲੋਂ ਵਿੱਢੀ ਯਹੂਦੀ ਭਾਈਚਾਰੇ ਦੀ ਨਸਲਕੁਸ਼ੀ ਦੀ ਮੁਹਿੰਮ ਨੇ ਯਹੂਦੀਆਂ ਦੇ ਮਸਲੇ ਨੂੰ ਅਜਿਹੀ ਅਹਿਮੀਅਤ ਪ੍ਰਦਾਨ ਕਰ ਦਿੱਤੀ ਸੀ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਯਹੂਦੀ ਮਸਲੇ ਦਾ ਜੋ ਹੱਲ ਅਮਲ ਵਿੱਚ ਲਿਆਂਦਾ ਗਿਆ ਉਹ ਕੌਮੀ ਸਵਾਲ ਬਾਰੇ ਆਮ ਸਮਝ ਅਤੇ ਰਵਾਇਤ ਨਾਲੋਂ ਇੱਕਦਮ ਵੱਖਰਾ ਸੀ।
कुछ वड्डियां ताकतां दी मदद नाल यहूदियां दी अजेही जगह आज़ाद स्टेट स्थापित की गई जिथे उन्हां दी वसों महज 6% सी। आज़ाद स्टेट की स्थापना तो बाद दुनिया भर चों यहूदी उत्थे आके वसने शुरू हो गए ते कौमी दाबे ते अत्याचारां दी सदियां पुरानी लानत तों सुरखरू हो गए। सिख कौम की समस्या नूं भी कुछ इस तरह की पहुँच अपना के ही समझिया ते हल किया जा सकता सी अते कीता जाना चाहिदा सी। इतिहास कई बार कौमां नूं अजिहियां कसूतियां हालतां विच धक्क दिंदा है कि उन्हां सामने सुखाले राहां दी चोण करन दीआं गुंजाइशां खत्म हो जांदीआं हन। उन्हां नूं कठोर राहां चों ही किसे इक दी चोण करनी पैंदी है। अजिहे मामलिआं विच अक्सर ही आम समझ ते रवायत नालों हटवें फैसले लैणे पैंदे हन। इह हालत दी लोड़ ते मजबूरी हुंदी है। जेकर सिख लीडरशिप मसले नूं इस दृष्टिकोण तो संबोधित होई हुंदी तां उसनों एक अमली मुश्किल तो घबरा के अपने सिद्धांतक पैंतड़े तो पिछा हटन की थान सिद्धांतक पोजिशन उत्ते गडवें पैरी खड़दिया होया अमली मुश्किल का हल वह किन्ना भी औखा ते कठोर क्यों ना हुंदा तलाशन की दिशा वाल यतन करने चाहिए सन। साड़ी जाचे उस वेले वधेरे ठीक ते उचित पोजिशन यह बनती सी कि सिख लीडरशिप वालों पंजाब की मुड़ हदबंदी की अजिही तस्वीर पेश की जाती जिस नाल सिख कौम एक बजवें खेत्र अंदर भारू पोजिशन अख्तियार करन दी हालत विच हो जाती। इतिहासक दृष्टिकोण तो देखिया पंजाब का केंद्रीय इलाका जिस विच रावी तो लैके घग्गर दरिया तक का इलाका आ जाता है सिख पंथ का पंगूड़ा कहा जा सकता है। यही वह इलाका है जिथे सिख कौम दियां महान ते गौरवशील इतिहासक परंपरावां विकसित होईयां। उस वेले पंजाब अंदर सिखां दी कुल वसों 50 लाख तो उपर बनदी सी। इस विचों 35 लाख दे करीब कल्ले केंद्रीय पंजाब विच ही सी। केंद्रीय पंजाब दे इस इलाके दा कुल रकबा 22,500 वर्ग मील सी। कुल वसों 1,05,00,000 सी। इस विच हिंदू वसों 31.6%, मुसलमान 34.5% अते सिख 33.7% सन। पंजाब अंदरली कुल सिख वसों विच्चों 70% सिख आबादी इस इलाके विच पैंदी सी। दूजे पासे रावी पारले पछमी पंजाब अंदर मुसलमाना दी वसो 74% सी जो कि पंजाब दी कुल मुसलमान आबादी दा 82% सी। घग्गर तो परे अंबाला डिवीज़न अंदर ज़्यादा करके हिंदी बोलते इलाके पैंदे सन जिन्हां विच 76% आबादी हिंदुआं दी सी। लंडन विखे सर्व पार्टी गोलमेज़ कॉन्फ्रेंस अंदर सर जैफरे कॉर्बट जो पंजाब दा वित्त कमिश्नर रह चुका सी ने यह सुझाव रख्या सी कि अंबाला डिवीज़न नूं पंजाब नालों अलहदा कर देना चाहिदा है क्योंकि यह इतिहासक तौर पर पंजाब दा हिस्सा नहीं सी। इत्थों दे लोकां दी बोली पंजाबी नहीं। पंजाब दे पंज दरिया इस दी जमीन नहीं सिंजदे। इस दा कुदरती वाह वास्ता ते लगा मेरठ ते आगरा डिवीज़ना नाल है। इस तजवीज़ ते अमल होण नाल पंजाब विच मुसलमान भारू गिनती विच 63% हो जाने सन। इस करके सिख आगुआं नूं इह सुझाव कतई तौर ते मंजूर नहीं सी। उन्हां इस दे प्रतिक्रम विच मोड़वीं तजवीज़ रखी कि रावलपिंडी ते मुल्तान डिवीज़ना मिंटगुमरी ते लायलपुर नूं छड़ के पंजाब नालों तोड़ के सरहदी सूबे नाल जोड़ दित्तियां जाण। इस नाल मुसलमान घट गिनती विच आ जाने सन। इस करके मुसलमाना वल्लों इस दा तिखा विरोध किया गया। सो देखा जाए तो पंजाब दे हिंदू सिख ते मुसलमान भाईचारियां चों किसे दी वी मंग न्यायी नहीं सी। सिख आगुआं वल्लों पंजाब अंदर मुसलमानां नूं घट गिनती विच धक्कण लई सुझाईयां जा रहियां सारियां तजवीज़ां मुसलमानां नाल बेइंसाफी करदियां सन। दूजे पासे मुस्लिम आगुआं वल्लों समुचे पंजाब नूं पाकिस्तान विच शामिल करन दी जद सिखां नाल घोर अन्याय सी क्योंकि इस नाल सिखां उत्ते मुस्लिम बहुगिनती दा राजसी गलबा स्थापित हुंदा सी। हिंदू आगुआं वल्लों पंजाब दे जिस हिस्से नूं हिंदुस्तान नाल जोड़िया जा रहा सी उस नाल सिखां नूं हिंदुआं दी गुलामी दा मुथाज बनना पैणा सी। सो अजिही हालत विच वधेरे उचित पोजिशन यही बनती सी कि पंजाब की मुड़ हदबंदी करके इस दे केंद्रीय भाग अंदर सिखां नूं अपनी होनी आप घड़न दा अधिकार ते मौका मुहैया किया जाता। पंजाब दे तीन पूर्वी केंद्रीय ते पछमी यूनिट कायम करन नाल तिन्ने ही भाईचारियां दीआं समस्यावां दा न्यायपूर्ण हल निकल सकता सी। मुसलमान पछमी पंजाब अंदर अपनी आज़ादी माण सकते सन। ਘੱਗਰ ਪਾਰਲੀ ਗੈਰ ਪੰਜਾਬੀ ਹਿੰਦੂ ਜਨਤਾ ਗੰਗਾ ਜਮਨਾ ਕਲਚਰ ਦਾ ਅੰਗ ਬਣ ਕੇ ਆਪਣੀ ਆਜ਼ਾਦੀ ਦਾ ਸੁੱਖ ਮਾਣ ਸਕਦੀ ਸੀ। ਕੇਂਦਰੀ ਪੰਜਾਬ 'ਚ
ਭਾਵੇਂ ਉਸ ਮੌਕੇ ਸਿੱਖਾਂ ਦੀ ਵਸੋਂ 33.7% ਦੇ ਕਰੀਬ ਆਉਂਦੀ ਸੀ, ਪਰ ਜੇਕਰ ਪੰਜਾਬ ਦੇ ਪੱਛਮੀ ਹਿੱਸੇ ਦੀ ਸਿੱਖ ਆਬਾਦੀ ਦਾ ਕੇਂਦਰੀ ਪੰਜਾਬ ਦੀ ਮੁਸਲਿਮ ਵਸੋਂ ਨਾਲ ਤਬਾਦਲਾ ਹੋ ਜਾਂਦਾ ਤਾਂ ਕੇਂਦਰੀ ਪੰਜਾਬ ਅੰਦਰ ਸਿੱਖਾਂ ਦੀ ਵਸੋਂ 60% ਤੱਕ ਪਹੁੰਚ ਜਾਣੀ ਸੀ। ਇਉਂ ਉਹ ਅਮਲੀ ਮੁਸ਼ਕਲ ਦੂਰ ਹੋ ਜਾਣੀ ਸੀ ਜੋ ਕਿ ਸਿੱਖ ਕੌਮ ਦੀ ਆਜ਼ਾਦੀ ਦੇ ਰਾਹ ਦੀ ਮੁੱਖ ਰੁਕਾਵਟ ਮੰਨੀ ਜਾ ਰਹੀ ਸੀ। ਇਸ ਦੇ ਨਾਲ ਹੀ ਸਿੱਖ ਆਗੂ ਆਪਣੀ ਤਰਕ ਵਿਹੂਣੀ ਅਤੇ ਦਿਵਾਲੀਆ ਕਿਸਮ ਦੀ ਰਾਜਨੀਤੀ ਦੇ ਸੰਤਾਪ ਤੋਂ ਮੁਕਤ ਹੋ ਸਕਦੇ ਸਨ। ਸਵਾਲ ਉੱਠ ਸਕਦਾ ਹੈ ਕਿ ਕੀ ਇਹ ਪੁਜੀਸ਼ਨ ਅਮਲਯੋਗ ਹੈ ਸੀ? ਕੀ ਬਰਤਾਨਵੀ ਹਾਕਮ ਅਤੇ ਦੂਸਰੀਆਂ ਧਿਰਾਂ ਇਸ ਤਜਵੀਜ਼ ਨਾਲ ਸਹਿਮਤ ਹੋ ਜਾਂਦੀਆਂ? ਰਵਾਇਤੀ ਦ੍ਰਿਸ਼ਟੀਕੋਣ ਤੋਂ ਦੇਖਿਆਂ ਇਸ ਸਵਾਲ ਦਾ ਸਹੀ ਜਵਾਬ ਲੱਭ ਸਕਣਾ ਨਾਮੁਮਕਿਨ ਹੋਵੇਗਾ। ਅਜਿਹੇ ਮਾਮਲਿਆਂ 'ਚ ਇਸ ਸੱਚਾਈ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ ਕਿ ਇਤਿਹਾਸ ਦੀਆਂ ਅਜਿਹੀਆਂ ਅਸਧਾਰਨ ਸਮੱਸਿਆਵਾਂ ਦੇ ਅਸਧਾਰਨ ਹੱਲ ਸਧਾਰਨ ਹਾਲਤਾਂ ਵਿੱਚ ਨਹੀਂ ਅਸਧਾਰਨ ਹਾਲਤਾਂ ਵਿੱਚ ਹੀ ਸੰਭਵ ਹੁੰਦੇ ਹਨ। ਅਜਿਹੀਆਂ ਹਾਲਤਾਂ ਵਿੱਚ ਕਿਸੇ ਧਿਰ ਦੀ ਸਹਿਮਤੀ ਜਾਂ ਅਸਹਿਮਤੀ ਬਹੁਤਾ ਅਰਥ ਨਹੀਂ ਰੱਖਦੀ। ਇਹ ਹਾਲਤਾਂ ਦਾ ਦਬਾਅ ਅਤੇ ਮਜਬੂਰੀ ਹੁੰਦੀ ਹੈ ਜੋ ਅਸਹਿਮਤ ਧਿਰਾਂ ਦੇ ਗਲ ਗੁੱਠਾ ਦੇ ਕੇ ਉਹਨਾਂ ਨੂੰ ਸਹਿਮਤੀ ਦੇ ਕੌੜੇ ਘੁੱਟ ਭਰਨ ਲਈ ਮਜਬੂਰ ਕਰਦੀ ਹੈ। ਰਾਜਸੀ ਵਿਗਿਆਨ ਅੰਦਰ ਇਤਿਹਾਸ ਦੀਆਂ ਅਜਿਹੀਆਂ ਘੜੀਆਂ ਨੂੰ ਇਤਿਹਾਸਕ ਮੌਕਾ ਮੇਲ ਹਿਸਟੋਰੀਕਲ ਕੰਜਕਚਰ ਕਿਹਾ ਜਾਂਦਾ ਹੈ। ਸੰਨ 47 ਮੌਕੇ ਭਾਰਤੀ ਸਮਾਜ ਦੀਆਂ ਅੰਦਰੂਨੀ ਵਿਰੋਧਤਾਈਆਂ ਦੇ ਵਿਸਫੋਟ ਨਾਲ ਜੋ ਹਾਲਤ ਪੈਦਾ ਹੋ ਗਈ ਸੀ ਉਹ ਕਿਸੇ ਵੀ ਤਰ੍ਹਾਂ ਸਧਾਰਨ ਨਹੀਂ ਸੀ। ਦੇਸ਼ ਦਾ ਬਟਵਾਰਾ ਅਟੱਲ ਬਣ ਗਿਆ ਸੀ, ਬਰਤਾਨਵੀ ਹਾਕਮਾਂ ਦੀ ਸਾਜਿਸ਼ ਕਰਕੇ ਨਹੀਂ ਜਿਵੇਂ ਕਿ ਆਮ ਧਾਰਨਾ ਬਣੀ ਹੋਈ ਹੈ, ਸਗੋਂ ਭਾਰਤ ਦੀਆਂ ਆਪਣੀਆਂ ਹੀ ਸਮਾਜੀ ਵਿਰੋਧਤਾਈਆਂ ਦੇ ਅੰਦਰੂਨੀ ਗਤੀ ਅਮਲ ਦੀ ਵਜ੍ਹਾ ਕਰਕੇ। ਦੋ ਸ਼ਰੀਕ ਭਾਈਚਾਰਿਆਂ ਹਿੰਦੂ ਅਤੇ ਮੁਸਲਮਾਨ ਅਤੇ ਦੋ ਸ਼ਰੀਕ ਤਾਕਤਾਂ ਕਾਂਗਰਸ ਅਤੇ ਮੁਸਲਿਮ ਲੀਗ ਦੇ ਆਪਸੀ ਟਕਰਾਓ ਨੇ ਸਿੱਖ ਕੌਮ ਦੇ ਇੱਕ ਨਿਰਣਾਇਕ ਸ਼ਕਤੀ ਵਜੋਂ ਉਭਰਨ ਦੇ ਇਤਿਹਾਸਕ ਮੌਕੇ ਸਿਰਜ ਦਿੱਤੇ ਸਨ। ਮੁਸਲਿਮ ਆਗੂ ਆਪਣੇ ਸ਼ਰੀਕ ਹਿੰਦੂ ਵਰਗ ਨੂੰ ਰਾਜਸੀ ਤੌਰ 'ਤੇ ਵੱਡੀ ਸੱਟ ਮਾਰਨ ਦੀ ਨੀਤ ਨਾਲ ਸਿੱਖ ਪੰਥ ਨੂੰ ਪਤਿਆਉਣ ਅਤੇ ਭਰਮਾਉਣ ਦੇ ਸਿਰ ਤੋੜ ਯਤਨ ਕਰ ਰਹੇ ਸਨ। ਕਿਸੇ ਖੁਸ਼ੀ ਨਾਲ ਨਹੀਂ ਸਗੋਂ ਹਾਲਤਾਂ ਦੀ ਲੋੜ ਅਤੇ ਮਜਬੂਰੀ ਵਿੱਚੋਂ। ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਉਹ ਪਾਕਿਸਤਾਨ ਦੀ ਸਰਹੱਦ ਨੂੰ ਜਮੁਨਾ ਦੇ ਕਰੀਬ ਲੈ ਜਾਣ ਦੀਆਂ ਲਾਲਸਾਵਾਂ ਪਾਲ ਰਹੇ ਸਨ। ਉੱਧਰ ਹਿੰਦੂ ਆਗੂਆਂ ਨੂੰ ਇਸ ਹੋਣੀ ਦੀ ਕਲਪਨਾ ਤੋਂ ਹੀ ਭੈ ਲੱਗਦਾ ਸੀ। ਇਸ ਨਾਲ ਨਾ ਸਿਰਫ ਪਾਕਿਸਤਾਨ ਦੀ ਸਰਹੱਦ ਐਨ ਦਿੱਲੀ ਦੀਆਂ ਬਰੂਹਾਂ ਤੱਕ ਆ ਪਹੁੰਚਣੀ ਸੀ, ਸਗੋਂ ਪੂਰਾ ਜੰਮੂ ਅਤੇ ਕਸ਼ਮੀਰ ਉਹਨਾਂ ਦੇ ਹੱਥੋਂ ਤਿਲਕ ਕੇ ਮੁਸਲਿਮ ਆਗੂਆਂ ਦੀ ਝੋਲੀ 'ਚ ਚਲਾ ਜਾਣਾ ਸੀ। ਹਿੰਦੂ ਆਗੂ ਇਸ ਹੋਣੀ ਨੂੰ ਟਾਲਣ ਲਈ ਸਿੱਖ ਕੌਮ ਨੂੰ ਵੱਡੀ ਤੋਂ ਵੱਡੀ ਰਿਆਇਤ ਦੇਣ ਲਈ ਵੀ ਤਿਆਰ ਹੋ ਸਕਦੇ ਸਨ। ਖੁਸ਼ੀ ਨਾਲ ਨਹੀਂ ਸਗੋਂ ਹਾਲਾਤਾਂ ਦੀ ਲੋੜ ਅਤੇ ਮਜਬੂਰੀ ਵਿੱਚੋਂ। ਜਿੱਥੋਂ ਤੱਕ ਬਰਤਾਨਵੀ ਹਾਕਮਾਂ ਦਾ ਸੰਬੰਧ ਹੈ, ਜੇਕਰ ਉਹਨਾਂ ਵੱਲੋਂ ਸਿੱਖ ਕੌਮ ਪ੍ਰਤੀ ਧਾਰਨ ਕੀਤੇ ਗਏ ਸਮੁੱਚੇ ਰਵੱਈਏ ਦਾ ਡੂੰਘਾ ਅਤੇ ਸਰਬਪੱਖੀ ਅਧਿਐਨ ਕੀਤਾ ਜਾਵੇ ਤਾਂ ਇਹ ਤੱਥ ਖਾਸ ਤੌਰ 'ਤੇ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਜਿੱਥੇ ਉਹ ਆਪਣੀਆਂ ਯੁੱਧਨੀਤਕ ਲੋੜਾਂ ਅਤੇ ਰਾਜਸੀ ਗਿਣਤੀਆਂ ਮਿਣਤੀਆਂ 'ਚੋਂ ਸਿੱਖਾਂ ਦੇ ਮੁਕਾਬਲੇ ਮੁਸਲਿਮ ਭਾਈਚਾਰੇ ਨੂੰ ਵੱਧ ਤਰਜੀਹ ਦਿੰਦੇ ਸਨ, ਉੱਥੇ ਅਜਿਹੀਆਂ ਗੱਲਾਂ ਘੱਟ ਹੀ ਮਿਲਦੀਆਂ ਹਨ ਜਿਸ 'ਚੋਂ ਉਹਨਾਂ ਦੀ ਸਿੱਖ ਵਿਰੋਧੀ ਸੋਚ ਜਾਂ ਤੁਅਸਵਾਂ ਦੀ ਝਲਕ ਮਿਲਦੀ ਹੋਵੇ। ਆਮ ਤੌਰ 'ਤੇ ਉਹ ਸਿੱਖਾਂ ਦੇ ਮਸਲੇ ਨੂੰ ਹਮਦਰਦੀ ਦੇ ਨੁਕਤਾ ਨਜ਼ਰ ਤੋਂ ਦੇਖਦੇ ਸਨ। ਸਿੱਖ ਆਗੂਆਂ ਦੀਆਂ ਪੁਜੀਸ਼ਨਾਂ ਅਤੇ ਮੰਗਾਂ ਸਨ ਹੀ ਇੰਨੀਆਂ ਤਰਕ ਵੀ ਹੋਣੀਆਂ ਕਿ ਅੰਗਰੇਜ਼ ਹਾਕਮਾਂ ਨੂੰ ਇਹਨਾਂ ਨਾਲ ਸਹਿਮਤ ਹੋਣਾ ਅਤਿਅੰਤ ਮੁਸ਼ਕਲ ਹੋ ਰਿਹਾ ਸੀ। ਬਰਤਾਨਵੀ ਹਾਕਮਾਂ ਅੰਦਰਲੇ ਕੁਝ ਪ੍ਰਭਾਵਸ਼ਾਲੀ ਵਰਗ, ਖਾਸ ਕਰਕੇ ਫੌਜੀ ਪਿਛੋਕੜ ਵਾਲੇ ਲੋਕ, ਸਿੱਖਾਂ ਦੇ ਦਿਲੀ ਹਮਾਇਤੀ ਅਤੇ ਹਤੈਸ਼ੀ ਸਨ। ਜਿਵੇਂ ਕਿ ਪੈਡਰਲ ਮੂਨ ਅਤੇ ਮੇਜਰ ਸ਼ਾਟ ਆਦਿ, ਉਹ ਸਿੱਖ ਕੌਮ ਦੀ ਬਿਹਤਰੀ ਲਈ ਕਿਸੇ ਚੰਗੇ ਹੱਲ ਵਾਸਤੇ ਸਿਰ ਤੋੜ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਸਨ। ਜੇਕਰ ਇਸ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲ ਸਕਿਆ ਤਾਂ ਇਸ ਦੀ ਮੁੱਖ ਵਜ੍ਹਾ ਬਰਤਾਨਵੀ ਹਾਕਮ ਨਹੀਂ ਸਗੋਂ ਸਿੱਖ ਆਗੂ ਸਨ, ਜਿਨ੍ਹਾਂ ਨੂੰ ਹਿੰਦੂ ਆਗੂਆਂ ਨੇ ਅਜਿਹੀ ਢਾਕ 'ਤੇ ਚੜ੍ਹਾ ਰੱਖਿਆ ਹੋਇਆ ਸੀ ਕਿ ਉਹ ਹਿੰਦੂ ਆਗੂਆਂ ਦੀ ਮਰਜ਼ੀ ਤੋਂ ਵੱਖਰਾ ਫੈਸਲਾ ਲੈਣ ਲਈ ਤਿਆਰ ਹੀ ਨਹੀਂ ਸਨ। ਜੇਕਰ ਸਿੱਖ ਲੀਡਰਸ਼ਿਪ ਨੇ ਕਾਫ਼ੀ ਪਹਿਲਾਂ ਤੋਂ ਹੀ ਸਾਈਮਨ ਕਮਿਸ਼ਨ ਦੀ ਸਥਾਪਨਾ ਅਤੇ ਨਹਿਰੂ ਰਿਪੋਰਟ ਵੇਲੇ ਤੋਂ ਹੀ ਪੰਜਾਬ ਦੀ ਮੁੜ ਹੱਦਬੰਦੀ ਅਤੇ ਸਿੱਖ ਅਤੇ ਮੁਸਲਿਮ ਵਸੋਂ ਦੇ ਅਮਨ ਪੂਰਵਕ ਅਤੇ ਵਿਉਂਤਬੱਧ ਤਬਾਦਲੇ ਦੀ ਪੁਜੀਸ਼ਨ ਰੱਖੀ ਹੁੰਦੀ ਅਤੇ ਇਸ ਪੁਜੀਸ਼ਨ ਦੀ ਦ੍ਰਿੜਤਾ ਅਤੇ ਧੜੱਲੇ ਨਾਲ ਪੈਰਵਾਈ ਕੀਤੀ ਹੁੰਦੀ ਤਾਂ ਬਰਤਾਨਵੀ ਹਾਕਮਾਂ ਲਈ ਇਸ ਤਜਵੀਜ਼ ਨੂੰ ਪੈਂਦੀ ਸੱਟੇ ਹੀ ਰੱਦ ਕਰ ਦੇਣਾ ਅਤਿ ਮੁਸ਼ਕਲ ਹੋਣਾ ਸੀ, ਕਿਉਂਕਿ ਸਿੱਖ ਲੀਡਰਸ਼ਿਪ ਦੀਆਂ ਹੋਰਨਾਂ ਪੁਜੀਸ਼ਨਾਂ ਦੇ ਸਿਧਾਂਤਕ ਖੋਖਲੇਪਣ ਦੇ ਉਲਟ ਇਹ ਪੁਜੀਸ਼ਨ ਕਿਤੇ ਤਰਕਸੰਗਤ ਅਤੇ ਵਜ਼ਨਦਾਰ ਹੋਣੀ ਸੀ।
ਜੇਕਰ ਸਿੱਖ ਆਗੂਆਂ ਨੇ ਮਸਲੇ ਪ੍ਰਤੀ ਅਜਿਹੀ ਗਹਿਰ ਗੰਭੀਰ ਪਹੁੰਚ ਧਾਰਨ ਕੀਤੀ ਹੁੰਦੀ ਤਾਂ ਜਿਸ ਪ੍ਰਾਪਤੀ ਲਈ ਸਿੱਖ ਕੌਮ ਨੂੰ 1947 ਤੋਂ ਬਾਅਦ ਕਈ ਦਹਾਕਿਆਂ ਤੱਕ ਖੱਜਲ ਖੁਆਰ ਹੋਣਾ ਪਿਆ, ਰਤਾ ਕੁਦਰਤਾ ਅਤੇ ਸੂਝ ਸਿਆਣਪ ਨਾਲ 1947 ਵਿੱਚ ਇਸ ਤੋਂ ਕਿਤੇ ਬਿਹਤਰ ਕਮਾਈ ਕੀਤੀ ਜਾ ਸਕਦੀ ਸੀ। ਇੱਕ ਤਾਂ ਸਿੱਖ ਕੌਮ ਦੇ ਪ੍ਰਸੰਗ ਵਿੱਚ ਉਸ ਮੌਕੇ ਦੀ ਹੁਕਮਰਾਨ ਤਾਕਤ ਦਾ ਦਿਲ ਉਨਾ ਕਾਲਾ ਨਹੀਂ ਸੀ ਜਿੰਨਾ 47 ਤੋਂ ਬਾਅਦ ਦਿੱਲੀ ਤਖ਼ਤ 'ਤੇ ਬਿਰਾਜਮਾਨ ਹੋਏ ਹਿੰਦੂ ਹਾਕਮਾਂ ਦਾ ਸਾਬਤ ਹੋਇਆ। ਦੂਜਾ, ਉਸ ਵੇਲੇ ਦੀਆਂ ਅਸਧਾਰਨ ਹਾਲਤਾਂ ਨੇ ਸਿੱਖ ਕੌਮ ਲਈ ਕੁੱਲ ਮਿਲਾ ਕੇ ਕਾਫ਼ੀ ਸਾਜ਼ਗਾਰ ਮੌਕੇ ਪੈਦਾ ਕਰ ਦਿੱਤੇ ਸਨ, ਪਰ ਇਸ ਨੂੰ ਸਿੱਖ ਕੌਮ ਦਾ ਦੁਰਭਾਗ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਸਿੱਖ ਲੀਡਰਸ਼ਿਪ ਨਾ ਤਾਂ ਹਾਲਤਾਂ ਦੀ ਨਬਜ਼ ਨੂੰ ਪਛਾਣ ਸਕੀ ਅਤੇ ਨਾ ਹੀ ਆਪਣੀ ਸੌਦੇਬਾਜ਼ੀ ਦੀ ਤਾਕਤ ਦਾ ਹੀ ਸਹੀ ਅਨੁਮਾਨ ਲਾ ਸਕੀ। ਬਾਅਦ ਵਿੱਚ ਮਾਸਟਰ ਤਾਰਾ ਸਿੰਘ ਵੱਲੋਂ ਕੀਤੇ ਗਏ ਇਕਬਾਲ 'ਚੋਂ ਸਿੱਖ ਲੀਡਰਸ਼ਿਪ ਦੀ ਉਸ ਮੌਕੇ ਦੀ ਬੌਧਿਕ ਦਸ਼ਾ ਦੀ ਸਹੀ ਤਸਵੀਰ ਉਗੜ ਕੇ ਸਾਹਮਣੇ ਆਉਂਦੀ ਹੈ। ਉਸਨੇ ਮੰਨਿਆ ਕਿ 40ਵਿਆਂ ਵਿੱਚ ਸਿੱਖ ਸਟੇਟ ਦੀ ਮੰਗ ਵਿੱਚ ਜ਼ੋਰ ਨਹੀਂ ਸੀ ਭਰਦਾ। ਵੱਡਾ ਕਾਰਨ ਇਹ ਸੀ ਕਿ ਆਬਾਦੀ 'ਚ ਸਿੱਖ ਬਹੁਗਿਣਤੀ ਕੇਵਲ ਤਰਨ ਤਾਰਨ ਅਤੇ ਮੋਗਾ ਦੋ ਤਹਿਸੀਲਾਂ ਵਿੱਚ ਹੀ ਸੀ ਅਤੇ ਇਹ ਤਹਿਸੀਲਾਂ ਵੀ ਨਾਲ ਲੱਗਦੀਆਂ ਨਹੀਂ ਸਨ। ਸਿੱਖ ਸਟੇਟ 'ਤੇ ਬਹੁਤਾ ਜ਼ੋਰ ਨਾ ਪਾਉਣ ਵਿੱਚ ਸਾਡੀ ਇੱਕ ਨਾ ਵਾਕਫੀ ਵੀ ਸੀ। ਸਾਨੂੰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਆਬਾਦੀ ਵਿੱਚ ਘੱਟ ਗਿਣਤੀ ਹੁੰਦਿਆਂ ਹੋਇਆਂ ਵੀ ਕਿਸੇ ਢੰਗ ਨਾਲ ਸਟੇਟ ਬਣਾਈ ਜਾ ਸਕਦੀ ਹੈ, ਜਿਸ ਢੰਗ ਨਾਲ ਯਹੂਦੀਆਂ ਨੂੰ ਯਹੂਦੀ ਸਟੇਟ ਬਣਾ ਕੇ ਦਿੱਤੀ ਜਾ ਚੁੱਕੀ ਸੀ। ਇਸ ਗੱਲ ਦਾ ਮੈਨੂੰ ਉਸ ਵੇਲੇ ਪਤਾ ਲੱਗਾ ਜਦ 1949 ਵਿੱਚ ਮੈਂ ਅਲਮੋੜੇ ਜੇਲ੍ਹ ਵਿੱਚ ਸਾਂ। ਉਸ ਵੇਲੇ ਮੈਨੂੰ ਕਿਸੇ ਨੇ ਦੱਸਿਆ ਕਿ ਰੂਸ ਦੇ ਵੱਡੇ ਅਖ਼ਬਾਰ ਪ੍ਰਾਵਦਾ ਨੇ ਇਹ ਲਿਖਿਆ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ ਜਿਨ੍ਹਾਂ ਦਾ ਕੋਈ ਘਰ ਨਹੀਂ ਬਣਿਆ, ਭਾਵੇਂ ਉਹਨਾਂ ਵਿੱਚ ਕੌਮੀਅਤ ਦੇ ਸਾਰੇ ਗੁਣ ਹਨ। ਇੱਕ ਹਨ ਯਹੂਦੀ ਅਤੇ ਦੂਜੇ ਸਿੱਖ। ਯਹੂਦੀਆਂ ਲਈ ਤਾਂ ਘਰ ਬਣਾ ਦਿੱਤਾ ਗਿਆ ਹੈ, ਪਰ ਸਿੱਖ ਬਿਨਾਂ ਘਰ ਹਨ। ਇਹ ਸੁਣ ਕੇ ਮੈਂ ਬੰਬਈ ਤੋਂ ਨਿਕਲਦੇ ਯਹੂਦੀ ਅਖ਼ਬਾਰ ਇਜ਼ਰਾਈਲ ਨੂੰ ਮੰਗਵਾਉਣਾ ਸ਼ੁਰੂ ਕੀਤਾ। ਇਜ਼ਰਾਈਲ ਵਿੱਚ ਮੈਂ ਪੜ੍ਹਿਆ ਕਿ ਯਹੂਦੀ ਸਟੇਟ ਬਣਾਈ ਗਈ ਤਾਂ ਉੱਥੇ ਯਹੂਦੀਆਂ ਦੀ ਆਬਾਦੀ 46,000, ਈਸਾਈਆਂ ਦੀ 86,000 ਅਤੇ ਮੁਸਲਮਾਨਾਂ ਦੀ 6,00,000 ਸੀ। ਕੁਝ ਸਾਲ ਬੀਤਣ ਉਪਰੰਤ ਉੱਥੇ ਯਹੂਦੀਆਂ ਦੀ ਵਸੋਂ 6,00,000 ਹੋ ਗਈ। ਯਹੂਦੀ ਭਾਰੀ ਗਿਣਤੀ ਵਿੱਚ ਬਾਹਰੋਂ ਆ ਕੇ ਇੱਥੇ ਆਬਾਦ ਹੋਏ ਹਨ ਅਤੇ ਹੋ ਰਹੇ ਹਨ।